ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਛੋਟੀ ਪਾਰਟੀ ਹੈ ਉਹ ਰੈਕਟ ਇਸ ਤਰ੍ਹਾਂ ਕਰ ਰਹੀ ਹੈ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਵੱਡੀਆਂ ਪਾਰਟੀਆਂ ਕਰਦੀਆਂ ਨੇ ਪੰਜਾਬੀਆਂ ਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਜਿਹੜੀ ਆ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਉਹਨੂੰ ਅਸੈਪਟੈਂਸ ਜਿਹੜੀ ਆ ਹਲੇ ਨਹੀਂ ਮਿਲ ਰਹੀ ਜਦੋਂ ਵੀ ਕੋਈ ਜਿਹੜੀ ਹੈ ਜਿਹੜਾ ਦਿੱਲੀ ਵੱਲੋਂ ਜਾਂ ਜਿਹੜੀ ਹੈ ਜੀ ਕੇ ਜੀ ਵਾਲੀ ਟੀਮ ਵੱਲੋਂ ਕੋਈ ਨਾ ਕੋਈ ਡਿਸੀਜਨ ਇਸ ਤਰ੍ਹਾਂ ਦਾ ਲਿਆ ਜਾਂਦਾ ਹੈ ਲੋਕਾਂ ਨੂੰ ਉਹ ਹਜੇ ਫਿਲਹਾਲ ਪਚ ਨਹੀਂ ਇਸ ਗੱਲ ਦੀ ਚਰਚਾ ਮੂੰਹੋਂ ਮੂੰਹੀ ਆਮ ਤੌਰ ਤੇ ਸ਼ੁਰੂ ਇਨਸਾਨ ਤੋਂ ਇਨਸਾਨ ਤੱਕ ਗੱਲ tourn nhi ਸ਼ੁਰੂ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹ ਦਿੱਲੀ ਤੋਂ ਚੱਲੇਗੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਨਾਮ ਅਨਾਉਂਸ ਕੀਤਾ ਜਾਂਦਾ ਉਥੋਂ ਹੀ ਇਹ ਸਮਝ ਆਉਂਦੀ ਸੀ ਕਿ ਉਹ ਵਨ ਮੈਨ ਆਰਮੀ ਆ ਰਾਗਵ ਚੱਡਾ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਵੀ ਉਹ ਪੰਜਾਬ ਸਰਕਾਰ ਨੂੰ ਸਲਾਹ ਦੇ ਸਕਦੇ ਸਨ ਫਿਰ ਇਹ ਕੀ ਲੋੜ ਪੈ ਗਈ ਕਿ ਉਹਨਾਂ ਨੇ ਇਸ ਚੀਜ਼ ਨੂੰ ਹਾਈ ਪਾਵਰ ਕਮੇਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੁਝ ਕਰਕੇ ਦਿਖਾਉਣ ਦੀ ਇੱਕ ਕਾਹਲ ਦੇ ਵਿੱਚ ਪਏ ਹੋਏ ਨੇ ਸਰਕਾਰ ਦੇ ਸਾਹਮਣੇ ਸਰਕਾਰ ਦੇ ਮੂਰੇ ਜਿੰਨੇ ਕੁ ਬੰਦੇ ਦੇ ਸਿਰ ਤੇ ਵਾਲ ਹੁੰਦੇ ਨੇ ਉਸ ਤੋਂ ਵੀ ਵੱਧ ਸਮੱਸਿਆਵਾਂ ਜਿਹੜੀਆਂ ਨੇ ਉਹ ਮੂੰਹ ਅਟਕੇ ਖੜੀਆਂ ਨੇ ਮੋਦੀ ਸਰਕਾਰ ਜਦੋਂ ਉਹਨਾਂ ਨੇ ਕਿਸਾਨਾਂ ਦੇ ਤਿੰਨ ਬਿੱਲ ਬਣਾਤੇ ਕਿੰਨੇ ਵੱਡੇ ਪੱਧਰ ਤੇ ਵਿਰੋਧ ਹੋਇਆ ਮੈਨੂੰ ਲੱਗਦਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਹ ਜਿਹੜਾ ਅੰਦੋਲਨ ਮੰਨਿਆ ਜਾ ਸਕਦਾ ਉਸ ਨੂੰ ਜਿਹੜੀ ਵੱਡੀ ਮੈਨੂੰ ਇਹਨਾਂ ਦੀ ਉਣਤਾ ਹੀ ਲੱਗੀ ਉਹ ਭਗਵੰਤ ਸਿੰਘ ਮਾਨ ਦੇ ਉਹ ਟਵੀਟ ਲੱਗੇ ਜਿਹੜੇ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਜਿਸ ਦਿਨ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਵੱਖਰੀ ਵਿਧਾਨ ਸਭਾ ਦੀ ਜਗ੍ਹਾ ਦੇਵਾਂਗੇ ਤੇ ਇਹਨਾਂ ਨੇ ਵੀ ਇੱਕ ਟਵੀਟ ਕਰਤਾ ਕਿ ਸਾਨੂੰ ਇੱਕ ਵੱਖਰੀ ਜਿਹੜੀ ਵਿਧਾਨ ਸਭਾ ਵਾਲੀ ਜਗ੍ਹਾ ਦੇ ਦਿਓ ਕੁਝ ਫੈਸਲੇ ਜਿਹੜੇ ਨੇ ਕਾਲੀ ਕਾਲੀ ਚ ਲੈ ਜਾ ਰਹੇ ਨੇ ਜਿਹੜੇ ਕਿ ਉਹਨਾਂ ਦਾ ਭਲਾ ਕਰਨ ਦੀ ਥਾਂ ਤੇ ਨੁਕਸਾਨ ਕਰ ਸਕਦੇ ਨੇ ਵੱਡੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਮਨਿਸਟਰ ਸੀਗੇ ਜਾਂ ਐਮਐਲਏ ਸੀਗੇ ਉਹ ਵਾਰੀ ਵਾਰੀ ਰੋਜ਼ ਹੀ ਅਖਬਾਰਾਂ ਦੀਆਂ ਜਿਹੜੀਆਂ ਨੇ ਸੁਰਕੀਆਂ ਦੇ ਵਿਚਾਰ ਆ ਰਹੇ ਨੇ ਕਿ ਕੋਈ ਇਨੇ ਹਜ਼ਾਰ ਦਾ ਘੁਟਾਲਾ ਕਰ ਗਿਆ ਕੋਈ ਇਨੇ ਹਜ਼ਾਰ ਦਾ ਘੁਟਾਲਾ ਕਰ ਗਿਆ ਚੰਨੀ ਸਰਕਾਰ ਨੂੰ ਭਾਵੇਂ ਸਮਾਂ ਜਿਹੜਾ ਬਹੁਤ ਥੋੜਾ ਮਿਲਿਆ ਸੀਗਾ ਪਰ ਆਪਣੀ ਜਿੰਨੀ ਕੁ ਲੋਡ ਮੁਤਾਬਕ ਬਦਨਾਮੀ ਉਹ ਮਿਲਦਾ ਖੱਟ ਗਏ ਨੇ ਜੋ ਕੁਝ ਲੋਕ ਕਰ ਰਹੇ ਸੀ ਉਹ ਜਿਹੜਾ ਆ ਉਹ ਬਿਲਕੁਲ ਨਿਹਰੀਆਂ ਹੀ ਬੇਵਕੂਫੀਆਂ ਸੀ ਬੇਸ਼ੱਕ ਉਹਨਾਂ ਨੂੰ ਅਸੀਂ ਨਾਮ ਅੱਜਕੱਲ੍ਹ ਕਪੜਿਆਂ ਦਾ ਦਿੰਨੇ ਆ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜੋ ਕੁਝ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ ਹੈ ਗੈਂਗਸਟਰਜ਼ ਬਾਰੇ ਰੋਜ਼ ਨਵੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਪੜ੍ਹਨ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਉਹ ਹਰ ਇੱਕ ਨੂੰ ਹੈਰਾਨੀ ਦੇ ਵਿੱਚ ਪਾ ਰਹੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਮੁੱਦਿਆਂ ਤੇ ਅਹਿਮ ਖਬਰਾਂ ਤੇ ਵਿਚਾਰ ਚਰਚਾ ਕਰਦੇ ਹੁੰਦੇ ਆ ਤੇ ਅੱਜ ਫਿਰ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਐਕਸਪਰਟ ਰਣਜੀਤ ਸਿੱਧੂ ਤੇ ਅਮਰਿਤਪਾਲ ਸ਼ਰਮਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਸਰ ਜੀ ਆਨੋ ਜੀ ਸਤਿ ਸ਼੍ਰੀ ਅਕਾਲ ਸੁਬਲੀਨ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਸੁਬਲੀਨ ਜੀ ਧੰਵਾਦ ਅਤੇ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸ਼ੁਰੂ ਕਰਦੇ ਆ ਆਮਦਨੀ ਪਾਰਟੀ ਤੋਂ ਆਮਦਨੀ सीएम ਨੂੰ ਸਲਾਹ ਦੇਣ ਵਾਸਤੇ ਇੱਕ ਕਮੇਟੀ ਬਣਾਈ ਹੈ ਤੇ ਚੇਅਰਮੈਨ ਹੀ ਦਿੱਤੀ ਹੈ ਜੀ ਰਗਵ ਚੱਡਾ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਖਲਬਲੀ ਮੱਚੀ ਹੋਈ ਆ ਆਮ ਲੋਕ ਵੀ ਕਿਤੇ ਕਿਤੇ ਵਿਰੋਧ ਕਰਦੇ ਨਜ਼ਰ ਆ ਰਹੇ ਆ ਪਰ ਵਿਰੋਧੀ ਵੀ ਵਿਰੋਧ ਕਰ ਰਹੇ ਨੇ ਸਵਾਲ ਮੇਰੇ ਦੋ ਨੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਤੁਹਾਨੂੰ ਸਵਾਲ ਹੈ ਕਿ ਇਹ ਵਿਰੋਧ ਕਿੰਨਾ ਕੁ ਜਾਇਜ਼ ਹੈ ਵਿਰੋਧ ਕਿੰਨਾ ਕੁ ਜਾਇਜ਼ ਹੈ ਜੀ ਇਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਪੰਜਾਬ ਨੇ ਦੋ ਤਰ੍ਹਾਂ ਦੀਆਂ ਪਾਰਟੀਆਂ ਜਿਹੜੀਆਂ ਨੇ ਉਹ ਦੇਖੀਆਂ ਨੇ ਪਹਿਲਾਂ ਇੱਕ ਤਾਂ ਜਿਹੜੀਆਂ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਦਾ ਰਾਜ ਦੇਖਿਆ ਹੈ ਜੀ ਜਿਹਦੇ ਸਾਰੇ ਫੈਸਲੇ ਪਿੰਡ ਬਾਦਲ ਤੋਂ ਹੁੰਦੇ ਰਹੇ ਨੇ ਫਿਰ ਦੂਸਰੀ ਕਾਂਗਰਸ ਦਾ ਰੂਲ ਰਿਹਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਸਦੇ ਫੈਸਲੇ ਦਿੱਲੀ ਤੋਂ ਹੁੰਦੇ ਰਹੇ ਨੇ ਇਸ ਸਮੇਂ ਮੈਨੂੰ ਇਦਾਂ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਥੋੜੇ ਕਨਫਿਊਜ਼ ਨੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਛੋਟੀ ਪਾਰਟੀ ਹੈ ਉਹ ਰੈਕਟ ਇਸ ਤਰ੍ਹਾਂ ਕਰ ਰਹੀ ਹੈ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਵੱਡੀਆਂ ਪਾਰਟੀਆਂ ਕਰਦੀਆਂ ਨੇ ਸੋ ਉਹ ਵੀ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਪੰਜਾਬ ਸਰਕਾਰ ਭਾਵੇਂ ਵੱਖਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਪਰ ਉਹਨੂੰ ਕੰਟਰੋਲ ਜਿਹੜਾ ਥੋੜਾ ਬਹੁਤ ਉਹ ਦਿੱਲੀ ਤੋਂ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਕਿਉਂਕਿ ਉਹ ਇਹ ਸਮਝ ਰਹੇ ਨੇ ਉਹਨੂੰ ਵੱਡੀ ਪਾਰਟੀ ਜਿਹੜੀ ਉਹ ਨਹੀਂ ਸਮਝ ਰਹੇ ਉਹਨੂੰ ਖੇਤਰੀ ਪਾਰਟੀ ਵਾਂਗੂ ਹੀ ਉਹਨੂੰ ਆਪ ਨੂੰ ਦੇਖ ਰਹੇ ਨੇ ਉਹ ਚਾਹੁੰਦੇ ਨੇ ਕਿ ਆਪ ਦੇ ਜਿਹੜੇ ਡਿਸੀਜਨ ਨੇ ਉਹ ਸਾਰੇ ਦੇ ਸਾਰੇ ਭਗਵੰਤ ਮਾਨ ਹੀ ਲੈਣ ਤੇ ਕੇਜਰੀਵਾਲ ਜਾਂ ਜਿਹੜੀ ਆਪ ਦੀ ਹਾਈ ਜਿਹੜੀ ਲੀਡਰਸ਼ਿਪ ਹੈ ਉਹ ਇਹਦੇ ਵਿੱਚ ਦਖਲ ਨਾ ਦੇਵੇ ਜੀ ਸਤੂ ਸਾਬ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗੀ ਆਪ ਵਿਧਾਇਕ ਆਏ ਸੀ ਥੋੜੇ ਦਿਨ ਪਹਿਲਾਂ ਸਾਡੇ ਸਟੂਡੀਓ ਤੇ ਉਹਨਾਂ ਨੂੰ ਮੈਂ ਇਹੀ ਸਵਾਲ ਪੁੱਛਿਆ ਸੀ ਕਿ ਲੋਕ ਕਹਿੰਦੇ ਨੇ ਸਰਕਾਰ ਦਿੱਲੀੋਂ ਚੱਲਦੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਜੇ ਕਾਂਗਰਸ ਆਪਣੀ ਹਾਈ ਕਮਾਂਡ ਦੀ ਗੱਲ ਸੁਣ ਸਕਦੀ ਹੈ ਦਿੱਲੀੋਂ ਤੇ ਅਸੀਂ ਆਪਣੇ ਵੱਡਿਆਂ ਦੀ ਗੱਲ ਕਿਉਂ ਨਹੀਂ ਸੁਣ ਸਕਦੇ ਬਿਲਕੁਲ ਮੈਂ ਉਹੀ ਕਹਿਣਾ ਚਾਹੁੰਦਾ ਨਾ ਕਿ ਆ ਆਮ ਪਾਰਟੀ ਜਿਹੜੀ ਆਪ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਵੀ ਇੱਕ ਪਾਵੇਂ ਕੋਣਾਂ ਦੀਆਂ ਦੋ ਸਟੇਟਾਂ ਚ ਹੀ ਹੈ ਸਰਕਾਰ ਹੈ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਰ ਉਹ ਵੀ ਇੱਕ ਜਿਹੜੀ ਹੈ ਜੀ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ ਉਸਨੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਜਿਹੜਾ ਢਾਂਚਾ ਹੈ ਉਹ ਸਥਾਪਿਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਬਾਕੀ ਜਿਹੜੇ ਦੇਸ਼ ਤੇ ਜਿਹੜੇ ਬਾਕੀ ਸੂਬੇ ਨੇ ਜਾਂ ਬਾਕੀ ਲੋਕ ਨੇ ਉਹਨਾਂ ਨੂੰ ਇਹ ਦਿਖਾ ਸਕਣ ਕਿ ਅਸੀਂ ਇੱਕ ਵੱਡੀ ਪਾਰਟੀ ਬੰਦੇ ਜਾ ਰਹੇ ਹਾਂ ਦੋ ਸੂਬਿਆਂ ਦੇ ਵਿੱਚ ਉਹ ਇਹ ਕਹਿ ਵੀ ਰਹੇ ਨੇ ਕਿ ਹੁਣ ਕਾਂਗਰਸ ਦੀ ਵੀ ਸਰਕਾਰ ਜਿਹੜੀ ਹੈ ਸਿਰਫ ਦੋ ਸੂਬਿਆਂ ਦੇ ਵਿੱਚ ਰਹਿ ਗਈ ਹੈ ਤੇ ਸਾਡੀ ਵੀ ਸਰਕਾਰ ਜਿਹੜੀ ਆ ਦੋ ਸੂਬਿਆਂ ਦੇ ਵਿੱਚ ਆ ਤੇ ਅਸੀਂ ਵੀ ਇੱਕ ਉਹ ਆਪਣੇ ਆਪ ਨੂੰ ਇੱਕ ਵੱਡੀ ਪਾਰਟੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪੰਜਾਬ ਦੇ ਲੋਕ ਉਹਦੀ ਤੁਲਨਾ ਮੈਨੂੰ ਲੱਗਦਾ ਹੈ ਕਾਂਗਰਸ ਨਾਲ ਨਹੀਂ ਕਰ ਰਹੇ ਉਹਦੀ ਤੁਲਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕਰਕੇ ਦੇਖ ਰਹੇ ਨੇ ਕਿ ਜਿਹੜੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਫੈਸਲੇ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਉਹ ਪੰਜਾਬ ਦੇ ਵਿੱਚ ਹੀ ਕਰ ਲੈਂਦੇ ਸੀ ਸੋ ਇਸ ਤਰ੍ਹਾਂ ਦੀ ਉਮੀਦ ਜਿਹੜੀ ਆ ਉਹ ਜਿਹੜੀ ਆ ਜੀ ਆਪ ਸਰਕਾਰ ਵੱਲੋਂ ਪੰਜਾਬ ਦੇ ਲੋਕ ਕੁਝ ਲੋਕ ਜਿਹੜੇ ਕਰ ਰਹੇ ਨੇ ਇਸੇ ਕਰਕੇ ਜਦੋਂ ਵੀ ਕੋਈ ਜਿਹੜੀ ਹੈ ਜਿਹੜਾ ਦਿੱਲੀ ਵੱਲੋਂ ਜਾਂ ਜਿਹੜੀ ਹੈ ਜੀ ਕੇਜੀ ਵਾਲੀ ਟੀਮ ਵੱਲੋਂ ਕੋਈ ਨਾ ਕੋਈ ਡਿਸੀਜਨ ਇਸ ਤਰ੍ਹਾਂ ਦਾ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਉਹ ਹਜੇ ਫਿਲਹਾਲ ਪਚ ਨਹੀਂ ਰਿਹਾ ਜੀ ਆਰਜੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਲਗਾ ਦਿੱਤੇ ਗਏ ਨੇ ਰਾਗਵ ਛੱਡਾ ਤੇ ਸ਼ਰਮਾ ਜੀ ਇਸ ਛੱਡਾ ਕਮੇਟੀ ਦੀਆਂ ਸਲਾਹਾਂ ਮੰਨਣ ਲਈ ਪੰਜਾਬ ਸਰਕਾਰ ਕਿੰਨੀ ਕੁ ਪਾਬੰਦ ਰਹੇਗੀ ਦੇਖੋ ਸਵਲਿੰਨ ਜੀ ਜਿਹੜੀ ਪਾਬੰਦੀ ਦੀ ਗੱਲ ਆ ਉਹ ਤੁਸੀਂ ਇਸ ਗੱਲ ਨੂੰ ਸਮਝੋ ਕਿ ਜਦੋਂ ਅਸੀਂ ਵਿਧਾਨ ਸਭਾ ਚੁਣ ਲਈ 117 ਮੈਂਬਰੀ ਜਿਹੜੇ ਨੇ 117 ਮੈਂਬਰੀ ਸਾਡੀ ਵਿਧਾਨ ਸਭਾ ਆ 117 ਦੇ 117 ਜਿਹੜੇ ਨੇ ਉਹ ਸਲਾਹਕਾਰ ਹੀ ਨੇ ਉਹਨਾਂ ਦਾ ਕੰਮ ਹੀ ਵਿਧਾਨ ਸਭਾ ਦੇ ਵਿੱਚ ਕੈਬਨਟ ਨੂੰ ਸਲਾਹ ਦੇਣਾ ਹੈ ਜਦੋਂ ਇਸ ਸੰਵਿਧਾਨ ਨੂੰ ਪੜ੍ਹਦੇ ਆ ਤੇ ਕੈਬਨਟ ਨੇ ਉਹੀ ਸਲਾਹਾਂ ਮੁੱਖ ਮੰਤਰੀ ਨੂੰ ਦੇਣੀਆਂ ਨੇ ਤੇ ਉਹ ਰਾਜਪਾਲ ਕੋ ਪਹੁੰਚਣੀਆਂ ਤੇ ਫੈਸਲੇ ਜਿਹੜੇ ਨੇ ਅੰਤ ਨੂੰ ਲਾਗੂ ਹੋਣੇ ਨੇ ਹੁਣ ਜਦੋਂ ਇਹ 117 ਤੋਂ ਬਾਅਦ ਇੱਕ ਵਾਰ ਹਾਈ ਪਾਵਰ ਕਮੇਟੀ ਬਣਾਈ ਜਾਂਦੀ ਆ ਤੇ ਉਹਨੂੰ ਮੁੱਖ ਰੂਪ ਚ ਤਾਂ ਐਸੀ ਗੱਲ ਚ ਦੇਖਿਆ ਜਾਂਦਾ ਕਿ ਉਹ ਜੋ ਕਹੇਗੀ ਉਹੀ ਹੋਵੇਗਾ ਤੁਸੀਂ ਇਹਨੂੰ ਇਦਾਂ ਵੀ ਦੇਖ ਸਕਦੇ ਆ ਕਿ ਕੁਝ ਦਿਨ ਪਹਿਲਾਂ ਇਸ ਗੱਲ ਦੀ ਚਰਚਾ ਮੂੰਹੋਂ ਮੂੰਹੀ ਆਮ ਤੌਰ ਤੇ ਸ਼ੁਰੂ ਇਨਸਾਨ ਤੋਂ ਇਨਸਾਨ ਤੱਕ ਗੱਲ ਤੁਰਨੀ ਸ਼ੁਰੂ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਐ ਉਹ ਦਿੱਲੀ ਤੋਂ ਚੱਲੇਗੀ ਜਿਦਾਂ ਹੁਣੇ ਰਣਜੀਤ ਬਾਜ ਜੀ ਦੱਸ ਰਹੇ ਸੀ ਕਿ ਪੰਜਾਬੀਆਂ ਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਜਿਹੜੀ ਆ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਉਹਨੂੰ ਅਕਸੈਪਟੈਂਸ ਜਿਹੜੀ ਆ ਹਲੇ ਨਹੀਂ ਮਿਲ ਰਹੀ ਤੇ ਇਹ ਵੀ ਖਬਰਾਂ ਆਈਆਂ ਸੀ ਵੱਖ-ਵੱਖ ਜਗ੍ਹਾ ਤੋਂ ਜਿਵੇਂ ਤੁਸੀਂ ਅਕਸਰ ਕਹਿੰਦੇ ਆ ਕਿ ਸੂਤਰ ਇਹ ਦੱਸਦੇ ਨੇ ਕਿ ਰਾਗਵ ਚੱਡਾ ਨੇ ਆਫੀਸਰਜ਼ ਨੂੰ ਅਧਿਕਾਰੀਆਂ ਨੂੰ ਮਿਲਣਾ ਸ਼ੁਰੂ ਕੀਤਾ ਉਹਨਾਂ ਨੂੰ ਡਾਇਰੈਕਟ ਕਰਨਾ ਸ਼ੁਰੂ ਕੀਤਾ ਤੇ ਅਫਸਰशाही ਦੇ ਵਿੱਚ ਜਿਹੜੀ ਕਿ ਐਗਜ਼ੀਕਿਊਸ਼ਨ ਕਰਾਉਂਦੀ ਆ ਸਾਰੀਆਂ ਸਰਕਾਰ ਦੀਆਂ ਚੀਜ਼ਾਂ ਨੂੰ ਉੱਥੋਂ ਵੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕੇ ਅਧਿਕਾਰੀ ਵੀ ਦੋ ਚਿੱਤੀ ਦੇ ਵਿੱਚ ਸਨ ਕਿ ਗੱਲ ਜਿਹੜੀ ਆ ਉਹ ਰਗਵ ਚੱਡਾ ਦੀ ਮੰਨੀ ਜਾਊਗੀ ਜਾਂ ਕੈਬਨਿਟ ਦੀ ਮੰਨੀ ਜਾਊਗੀ ਜਾਂ ਮੰਤਰੀਆਂ ਦੀ ਸੁਣੀ ਜਾਊਗੀ ਜਾਂ ਫਿਰ ਇਹ ਦਿੱਲੀ ਤੋਂ ਕੋਈ ਨਵਾਂ ਜਿਹੜਾ ਆ ਉਹ ਸਾਡੇ ਲਈ ਇੱਕ ਕਹਾਣੀ ਜਿਹੜੀ ਆ ਬਣ ਕੇ ਸਾਹਮਣੇ ਆਊਗੀ ਜੇਕਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਗੱਲ ਤੋਂ ਪਹਿਲਾਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂ ਇਸ ਗੱਲ ਨੂੰ ਤੇ ਜਿਦਾਂ ਹੁਣੇ ਦੱਸਿਆ ਸਿੱਧੂ ਸਾਹਿਬ ਨੇ ਕਿ ਇਹ ਦੋ ਸਟੇਟਾਂ ਦੇ ਵਿੱਚ ਪਾਰਟੀ ਜਿਹੜੀ ਆ ਸਰਕਾਰ ਚਲਾ ਰਹੀ ਆ ਤੇ ਕਾਂਗਰਸ ਦੇ ਆਪਣੇ ਆਪ ਨੂੰ ਇਹ ਬਰਾਬਰ ਰੱਖ ਕੇ ਦੇਖਦੇ ਆ ਕਿਉਂ ਨਾ ਕੋਲ ਵੀ ਦੋ ਹੀ ਸਟੇਟਾਂ ਦੇ ਵਿੱਚ ਸਰਕਾਰ ਹੈ ਰਾਜਸਥਾਨ ਤੇ ਛਤੀਸਗੜ੍ਹ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਪੰਜਾਬ ਤੇ ਦਿੱਲੀ ਦੇ ਵਿੱਚ ਦੋ ਹੀ ਸਟੇਟਾਂ ਦੀ ਸਰਕਾਰ ਉਹ ਆਪਣੇ ਆਪ ਨੂੰ ਦੱਸ ਰਹੇ ਨੇ ਪਰ ਇਹ ਗੱਲ ਬਿਲਕੁਲ درست ਹੈ ਕਿ ਉਹਨਾਂ ਨੇ ਇਹ ਜਿਹੜੀ ਸਰਕਾਰ ਬਣਾਈ ਆ ਇਹ ਪਹਿਲਾ ਫੁੱਲ ਫਲੈਜ ਸਟੇਟ ਆ ਜਿੱਥੇ ਉਹ ਸਰਕਾਰ ਚਲਾਉਣ ਜਾ ਰਹੇ ਨੇ ਜਾਂ ਸਰਕਾਰ ਚਲਾ ਰਹੇ ਨੇ ਪਿਛਲੇ 2-3 ਮਹੀਨਿਆਂ ਤੋਂ ਜੇਕਰ ਅਸੀਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਨਾਮ ਅਨਾਉਂਸ ਕੀਤਾ ਜਾਂਦਾ ਉਥੋਂ ਹੀ ਇਹ ਸਮਝ ਆਉਂਦੀ ਸੀ ਕਿ ਜਿਹੜੀ ਦਿੱਲੀ ਤੇ ਬੈਠੀ ਹੋਈ ਹਾਈ ਕਮਾਂਡ ਹੈ ਜਾਂ ਆਮ ਆਦਮੀ ਪਾਰਟੀ ਹੈ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਫਿਕਰਮੰਦ ਹੈ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ ਜਿਹਨੂੰ ਅਸੀਂ ਜੇਕਰ ਥੋੜਾ ਜਿਹਾ ਵਿਸ਼ਲੇਸ਼ਣ ਦੇ ਤੌਰ ਦੇ ਵਿੱਚ ਸਮਝਣ ਦੀ ਗੱਲ ਕਰੀਏ ਤੇ ਉਹ 1 ਮੈਨ ਆਰਮੀ ਆ ਸਰਵੇ ਸਰਵਾ ਜਿਹੜੇ ਨੇ ਜੋ ਕੁਝ ਵੀ ਹੈ ਉਹ ਅਰਵਿੰਦ ਕੇਜਰੀਵਾਲ ਹੀ ਹਨ ਤੇ ਉਹਨਾਂ ਨੇ ਬਹੁਤ ਲੰਮਾ ਸਮਾਂ ਲਿਆ ਉਹਦੇ ਲਈ ਕਈ ਉਹਨਾਂ ਨੇ ਇੱਕ ਖੇਡਾਂ ਵੀ ਖੇਡੀਆਂ ਕਿ ਲੋਕਾਂ ਨੂੰ ਨੰਬਰ ਜਾਰੀ ਕਰ ਦਿੱਤਾ ਤੇ ਕਿ ਇਹਨੂੰ ਬਣਾਉਣਾ ਹੈ ਕਿ ਇਹਨੂੰ ਨਹੀਂ ਬਣਾਉਣਾ ਹੈ ਇਸ ਤਰੀਕੇ ਦੇ ਨਾਲ ਜਿਹੜੀ ਗੱਲ ਹੈ ਉਹ ਹੁਣ ਦੂਸਰੀ ਗੱਲ ਜਦੋਂ ਅਸੀਂ ਪੰਜਾਬ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਤੇ ਵਿਰੋਧੀ ਧਿਰਾਂ ਖਾਸ ਤੌਰ ਤੇ ਜਿਹੜੀਆਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਗੱਲ ਸੁਣਦੇ ਤੇ ਉਹ ਕਹਿੰਦੇ ਆ ਕਿ ਨਿਕਾਰੀਆਂ ਹੋਈਆਂ ਵਿਰੋਧੀ ਧਿਰਾਂ ਜੀ ਪਰ ਰਾਜਨੀਤੀ ਦੇ ਵਿੱਚ ਠੀਕ ਹੈ ਉਹਨਾਂ ਨੂੰ ਵੋਟਾਂ ਘੱਟ ਪਈਆਂ ਨੇ ਉਹਨਾਂ ਨੂੰ ਵੋਟਾਂ ਵੱਧ ਪਈਆਂ ਨੇ ਪਰ ਉਹ ਸਿਆਸੀ ਧਿਰਾਂ ਤੇ ਨਹੀਂ ਸ਼ਰੀਕਾ ਤੇ ਉਹਨਾਂ ਦਾ ਹੈ ਹੀ ਕਿਸੇ ਕੋਲ ਚਾਹੇ 3 ਸੀਟਾਂ ਨੇ ਚਾਹੇ 18 ਸੀਟਾਂ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਕੋਲ ਮੈਂਬਰੀ ਹੈ ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਉਹਨਾਂ ਸਾਰਿਆਂ ਨੇ ਕਿਸੇ ਨੇ ਤਿੰਨ ਵਾਰ ਕਿਸੇ ਨੇ ਚਾਰ ਵਾਰ ਕਿਸੇ ਨੇ ਪੰਜ ਵਾਰ ਪੰਜਾਬ ਦੀ ਜਿਹੜੀ ਰਾਜ ਸੱਤਾ ਉਹ ਚਲਾਈ ਆ ਕਿਸ ਤਰੀਕੇ ਨਾਲ ਚਲਾਈ ਆ ਕਰਜ਼ਾ ਵਧਿਆ ਹੈ ਡਰੱਗਸ ਵਧੀ ਹੈ ਬੇਅਦਵੀ ਹੋਈ ਹੈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਚੰਗੇ ਨਹੀਂ ਹੋਏ ਉਹ ਅਸੀਂ ਕਹਿੰਨੇ ਆ ਪਰ ਉਹ ਤੇ ਇਹੀ ਕਹਿੰਦੇ ਆ ਕਿ ਅਸੀਂ ਰਾਜ ਨਹੀਂ ਕਰਦੇ ਸੀ ਸੇਵਾ ਕਰਦੇ ਸੀ ਤੇ ਕਾਂਗਰਸ ਵਾਲੇ ਕਹਿੰਦੇ ਆ ਕਿ ਕਾਂਗਰਸ ਦਾ ਹੱਥ ਆਮ ਆਦਮੀ ਕੇ ਸਾਥ ਉਹਨਾਂ ਦੀ ਆਪਣੇ ਜਿਹੜੇ ਨੇ ਉਹ ਦਾਇਰੇ ਸੀ ਉਹਨਾਂ ਦੀ ਆਪਣੀਆਂ ਜਿਹੜੀਆਂ ਦਾਅਵੇ ਸੀ ਲائے ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਸ ਨੇ ਕਹਿੰਦੇ ਸੀ ਕਿ ਮੈਂ ਤਾਂ 66 70% ਵਾਦੇ ਜਿਹੜੇ ਉਹ ਪੂਰੇ ਕਰ ਦਿੱਤੇ ਸੀ ਹੁਣ ਮਸਲਾ ਇੱਥੇ ਹੈ ਕਿ ਰਗਵ ਚੱਡਾ ਜਿਹੜੇ ਕਿ ਬਹੁਤ ਛੋਟੀ ਉਮਰ ਦੇ ਨੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਉਹਨਾਂ ਨੇ ਈਐਮਬੀਏ ਕੀਤੀ ਹੈ ਚਾਰਟਰਡ ਅਕਾਊਂਟੈਂਟ ਨੇ ਪੇਸ਼ੇ ਤੋਂ 33 ਸਾਲ ਦੀ ਮਹਿਜ਼ ਉਮਰ ਹੈ ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਰਹੇ ਰਾਜ ਸਭਾ ਦੇ ਹੁਣ ਮੈਂਬਰ ਬਣਾ ਦਿੱਤੇ ਗਏ ਪੰਜਾਬ ਤੋਂ ਇਸ ਤੋਂ ਪਹਿਲਾਂ ਉਹ ਉੱਥੇ ਐਮਐਲਏ ਵੀ ਸੀ ਅਸਤੀਫਾ ਦਵਾਇਆ ਤੇ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਵੀ ਉਹ ਪੰਜਾਬ ਸਰਕਾਰ ਨੂੰ ਸਲਾਹ ਦੇ ਸਕਦੇ ਸਨ ਜਦੋਂ ਅਸੀਂ ਇਹਨੂੰ ਸਿੱਧੇ ਸਿੱਧੇ ਦੇਖਦੇ ਹਾਂ ਫਿਰ ਇਹ ਕੀ ਲੋੜ ਪੈ ਗਈ ਕਿ ਉਹਨਾਂ ਨੇ ਇਸ ਚੀਜ਼ ਨੂੰ ਹਾਈ ਪਾਵਰ ਕਮੇਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਜਾਂ ਤੇ ਦੋ ਤਿੰਨ ਗੱਲਾਂ ਨਹੀਂ ਜਾਂ ਤੇ ਕੇਜਰੀਵਾਲ ਸਾਹਿਬ ਇਸ ਸਰਕਾਰ ਦੇ ਉੱਤੇ ਪ੍ਰੋਪਰ ਚੈੱਕ ਰੱਖਣਾ ਚਾਹੁੰਦੇ ਨੇ ਤੇ ਬਾਈ ਦੋ ਪੈਰਲਲ ਗਵਰਨਮੈਂਟ ਚਲਾਉਣਾ ਚਾਹੁੰਦੇ ਨੇ ਜਿਵੇਂ ਕਿ ਸੋਨੀਆ ਗਾਂਧੀ ਦੇ ਟਾਈਮ ਤੇ ਚੱਲਦੀ ਸੀ ਜਾਂ ਸੁਭੀ ਸਿੰਘ ਬਾਦਲ ਵਾਲੇ ਸਮੇਂ ਦੇ ਉੱਤੇ ਕਾਫੀ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਕਿ ਸੁਭੀ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਉੱਥੇ ਵੀ ਪਾਵਰ ਜਿਹੜੇ ਸੈਂਟਰ ਸੀਗੇ ਉਹ ਬਦਲਦੇ ਰਹੇ ਹੁਣ ਜਾਂ ਫਿਰ ਇਹ ਗੱਲ ਹੈ ਕਿ ਉਹ ਇਸ ਸਰਕਾਰ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਹਨ ਤਾਂ ਜੋ ਕੋਈ ਖਾਮੀ ਖੁਨਾਮੀ ਰਹੇ ਹੀ ਨਾ ਇਦਾਂ ਤੇ ਹੋ ਨਹੀਂ ਸਕਦਾ ਕਿ ਉਹ ਇੱਥੇ ਸਿਰਫ ਔਰ ਸਿਰਫ ਪਾਵਰ ਦੀ ਲਸਟ ਲਈ ਹੀ ਰਹਿਣ ਤੇ ਉਹ ਕਿਉਂਕਿ ਕੇਜਰੀਵਾਲ ਸਾਹਿਬ ਦਾ ਜਿਹੜਾ ਧਿਆਨ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਸਟੇਟਸ ਦੀ ਇਲੈਕਸ਼ਨ ਤੇ ਹੈ ਜਿਹੜੇ ਤੁਸੀਂ ਵਿਰੋਧ ਦੀ ਗੱਲ ਕੀਤੀ ਆ ਉਹ ਮੈਨੂੰ ਇਦਾਂ ਲੱਗਦਾ ਕਿ ਵਿਰੋਧ ਜਿਹੜਾ ਹੈ ਉਹ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਹੈ ਜਾਂ ਫਿਰ ਸਿਆਸੀ ਧਿਰਾਂ ਜਿਨ੍ਹਾਂ ਦਾ ਕੰਮ ਹੀ ਅਸੀਂ ਅਕਸਰ ਜਾਣਦੇ ਆ ਕਿ ਵਿਰੋਧੀ ਧਿਰ ਦਾ ਕੰਮ ਇਹ ਆ ਕਿ ਉਹਨੇ ਵਿਰੋਧ ਹੀ ਕਰਨਾ ਹੈ ਜੇ ਕੋਈ ਗੱਲ ਚੰਗੀ ਹੋਵੇ ਤਾਂ ਵੀ ਵਿਰੋਧ ਕਰੀ ਜਾਣਾ ਤੇ ਜੇ ਕੋਈ ਗੱਲ ਮਾੜੀ ਹੋਵੇ ਤਾਂ ਵੀ ਵਿਰੋਧ ਹੀ ਕਰੀ ਜਾਣਾ ਫੇਰ ਵੀ ਜੇ ਪੰਜਾਬੀ ਨਜ਼ਰੀਏ ਤੋਂ ਦੇਖੀਏ ਤਾਂ ਇਹ ਜਿਹੜੀ ਕਮੇਟੀ ਆ ਇਹ ਰੈਲੇਵੈਂਟ ਘੱਟ ਲੱਗਦੀ ਆ ਤੇ ਸ਼ੱਕੀ ਥੋੜੀ ਜਿਹੀ ਵੱਧ ਲੱਗਦੀ ਆ ਰਹੀ ਗੱਲ ਤੁਹਾਡੇ ਸਵਾਲ ਦੇ ਜਵਾਬ ਦੀ ਕਿ ਇਹਦੇ ਕਿੰਨੀ ਪਵੰਦ ਹੋਣਗੇ ਇਹ ਤੁ ਮੰਨਣ ਤੋਂ ਇਹਦੀ ਬਣਤਰ ਹੀ ਇਹ ਦੱਸਦੀ ਆ ਕਿ ਇਹਦੀ ਹਰ ਗੱਲ ਜਿਹੜੀ ਆ ਉਹ ਸੁਣੀ ਜਾਵੇਗੀ ਤੇ ਮੰਨੀ ਜਾਵੇਗੀ ਪਰ ਬਹੁਤ ਕੁਝ ਹਾਲੇ ਜਿਹੜਾ ਆ ਉਹ ਭਵਿੱਖ ਦੇ ਗਰਭ ਵਿੱਚ ਹੈ ਕਿਉਂਕਿ ਇਹ ਗੱਲ ਵੀ ਹਾਲੇ ਭਵਿੱਖ ਦੇ ਵਿੱਚ ਹੀ ਹੈ ਕਿ ਇਹਦੇ ਮੈਂਬਰ ਕੌਣ ਹੋਣਗੇ ਇਹਦੀਆਂ ਮੀਟਿੰਗਾਂ ਕਿੰਨੀਆਂ ਹੋਣਗੀਆਂ ਹਾਲਾਂਕਿ ਇਸ ਗੱਲ ਤੋਂ ਇਹਨੂੰ ਦੂਰ ਰੱਖਿਆ ਗਿਆ ਕਿ ਆਫਿਸ ਆਫ ਪ੍ਰੋਫਿਟ ਨਹੀਂ ਹੋਵੇਗਾ ਕਿਸੇ ਨੂੰ ਕੋਈ ਤਨਖਾਹ ਜਾਂ ਕੁਝ ਬਾਕੀ ਚੀਜ਼ਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ ਪਰ ਸਿਰਫ ਔਰ ਸਿਰਫ 3-4 ਮਹੀਨੇ ਦੀ ਸਰਕਾਰ ਦੇ ਦੌਰਾਨ ਹੀ ਚੰਡੀਗੜ੍ਹ ਦੇ ਵਿੱਚ ਜਿਹੜੀ 50 ਨੰਬਰ ਦੀ ਕੋਠੀ ਆ ਉਹ ਮੁੱਖ ਮੰਤਰੀ ਦੇ ਨਿਵਾਸ ਨਾਲੋਂ ਵੀ ਜ਼ਿਆਦਾ ਚਰਚਾ ਦੇ ਵਿੱਚ ਹੁਣ ਤੱਕ ਰਹਿ ਰਹੀ ਆ ਆਉਣ ਵਾਲੀ ਗੱਲ ਤੁਹਾਡੇ ਸੂਤਰ ਦੱਸਣਗੇ ਜੀ ਜੀ ਗੱਲਬਾਤ ਦਾ ਦੌਰ ਅਸੀਂ ਇਸੇ ਤਰ੍ਹਾਂ ਚਾਲੀ ਰੱਖਾਂਗੇ ਪਰ ਇਸ ਵੇਲੇ ਬਿਲਕੁਲ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ ਬਹੁਤ ਜਲਦ ਹਾਜ਼ਰ ਹੋਣੇ ਇੱਕ ਤੋਂ ਬਾਅਦ ਪ੍ਰੋਗਰਾਮ ਵਿਚਾਰ-ਚਰਚਾ ਦੇਖ ਲਈ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਦੀ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਫੈਸਲਾ ਕਰਦੀ ਹੈ ਕਿ ਜਿਹੜੀਆਂ ਜੁਗਾੜੂ ਰੇੜੀਆਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਫਿਰ ਵਿਰੋਧ ਪ੍ਰਦਰਸ਼ਨ ਹੁੰਦੇ ਨੇ ਫਿਰ ਫੈਸਲਾ ਵਾਪਸ ਲੈ ਲੈਂਦੇ ਨੇ ਫਿਰ ਕਹਿੰਦੇ ਨੇ ਕਿ ਸਰਕਾਰੀ ਬੱਸਾਂ ਤੇ ਜਿਹੜੀਆਂ ਜਰਨੈਲ ਸਿੰਘ ਪਿੰਡਰਾਵਾਲਿਆਂ ਦੀਆਂ ਫੋਟੋਆਂ ਲੱਗੀਆਂ ਉਹ ਲਾ ਦਿਓ ਫਿਰ ਸਿੱਖ ਜਥੇਬੰਦੀਆਂ ਡਾਂਗਾਂ ਲੈ ਕੇ દોੜਦੀਆਂ ਨੇ ਤੇ ਫਿਰ ਕਹਿੰਦੇ ਨਹੀਂ ਨਹੀਂ ਲੱਗੀਆਂ ਰਹਿਣ ਦਿਓ ਮੱਤੇਵਾੜਾ ਪ੍ਰੋਜੈਕਟ ਦੀ ਜੇ ਗੱਲ ਕਰੀਏ ਤੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਜਦੋਂ ਤੇ ਵਿਰੋਧੀ ਧਿਰ ਸੀ ਉਦੋਂ ਵਿਰੋਧ ਕਰਦੇ ਸੀ ਜਦੋਂ ਸੱਤਾ ਚ ਆ ਗਏ ਤੇ ਫਿਰ ਪ੍ਰੋਜੈਕਟ ਨੂੰ ਅੱਗੇ ਤੋਰਨ ਦੀਆਂ ਗੱਲਾਂ ਕੀਤੀਆਂ ਸਿੱਧੂ ਸਾਹਿਬ ਸਵਾਲ ਮੇਰਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਇਹ ਗੈਰ ਤਜਰਬੇਕਾਰ ਸਰਕਾਰ ਹੈ ਕਿਤੇ ਸਰਕਾਰ ਸੱਚੀ ਤਾਂ ਨਹੀਂ ਤਜਰਬੇ ਕਰਦੀ ਅੱਜ ਫੈਸਲੇ ਲੈਂਦੀ ਹੈ ਕੱਲ ਵਾਪਸ ਲੈ ਲੈਂਦੀ ਹੈ ਸ਼ਾਇਦ ਕੁਝ ਹੱਦ ਤੱਕ ਕਿਸ ਨੂੰ ਗੱਲ ਨੂੰ ਮੈਂ ਸਮਝਦਾ ਕਿ ਠੀਕ ਵੀ ਕਿਹਾ ਜਾ ਸਕਦਾ ਕਿਉਂਕਿ ਚਾਹੇ ਆਪ ਦੀ ਜਿਹੜੀ ਸਰਕਾਰ ਹੈ ਦਿੱਲੀ ਦੇ ਵਿੱਚ ਕੁਝ ਸਾਲ ਤੋਂ ਉਹ ਸਰਕਾਰ ਚਲਾ ਰਹੇ ਨੇ ਪਰ ਪੰਜਾਬ ਦੇ ਵਿੱਚ ਪਹਿਲੀ ਵਾਰ ਉਹਨਾਂ ਨੂੰ ਰੋਲ ਕਰਨ ਦਾ ਮੌਕਾ ਮਿਲ ਰਿਹਾ ਹੈ ਦਿੱਲੀ ਅਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਫਰਕ ਹੈ ਖਾਸ ਤੌਰ ਤੇ ਭਗਵੰਤ ਮਾਨ ਬਹੁਤ ਵਧੀਆ ਕਮੇਡੀਅਨ ਅਤੇ ਉਸ ਤੋਂ ਬਾਅਦ ਭਾਵੇਂ ਕਿ ਉਹ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਨੇ ਇੱਕ ਵਧੀਆ ਜਿਹੜਾ ਰੋਲ ਹੈ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਮੈਂ ਸਮਝਦਾ ਕਿ ਉਹਤੇ ਪਲੇ ਕੀਤਾ ਜਿਹੜੇ ਪੰਜਾਬ ਦੇ ਮੁੱਦੇ ਸੀ ਬਾਕੀ ਜੇਕਰ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜੋ ਚੁਣੇ ਜਾਂਦੇ ਰਹੇ ਨੇ ਉਹਨਾਂ ਦੇ ਮੁਕਾਬਲੇ ਦੇਖੀਏ ਤਾਂ ਇੱਕ ਵਧੀਆ ਰੋਲ ਉਹ ਪਲੇ ਕਰਦੇ ਰਹੇ ਨੇ ਪਰ ਤਜਰਬਾ ਜਿਹੜਾ ਜੀ ਪਾਰਟੀਆਂ ਨੂੰ ਕੁਝ ਸਮਾਂ ਰੂਲ ਕਰਕੇ ਜਾਂ ਕੰਮ ਕਰਕੇ ਹੀ ਆਉਂਦਾ ਹੈ ਮੈਨੂੰ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੁਝ ਕਰਕੇ ਦਿਖਾਉਣ ਦੀ ਇੱਕ ਕਾਹਲ ਦੇ ਵਿੱਚ ਪਏ ਹੋਏ ਨੇ ਜਿਸ ਕਰਕੇ ਉਹਨਾਂ ਕੋਲ ਕਈ ਵਾਰੀ ਜਲਦਬਾਜ਼ੀ ਦੇ ਵਿੱਚ ਕਾਲਬਾਜ਼ੀ ਦੇ ਵਿੱਚ ਕਈ ਡਿਸੀਜਨ ਜਾਂ ਕਈ ਫੈਸਲੇ ਜਾਂ ਕਈ ਬਿਆਨ ਜਾਂ ਸਟੇਟਮੈਂਟ ਉਹ ਇਸ ਤਰ੍ਹਾਂ ਦੇ ਦੇ ਪਾਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਲੋਕ ਵਿਰੋਧ ਹੁੰਦਾ ਹੈ ਤਾਂ ਫਿਰ ਉੱਤੇ ਅਬੀ ਮੈਂ ਸਮਝਦਾ ਕਿ ਚੰਗੀ ਗੱਲ ਹੈ ਕਿ ਜਦੋਂ ਲੋਕ ਵਿਰੋਧ ਕਰਦੇ ਨੇ ਤੇ ਉਹਤੇ ਸੋਚਦੇ ਜਰੂਰ ਨੇ ਤੇ ਡਿਸੀਜਨ ਨੂੰ ਵਾਪਸ ਵੀ ਲੈ ਲੈਂਦੇ ਨੇ ਕਿ ਭਈ ਕਈ ਵਾਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਬੜੀਆਂ ਆਡਰ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਜੀ ਕਿ ਆਸੀਂ ਡਿਸੀਜਨ ਲੈ ਲਿਆ ਤੇ ਹੁਣ ਅਸੀਂ ਇਸ ਤੋਂ ਵਾਪਸ ਨਹੀਂ ਹੋਣਾ ਜਿਸ ਦੀ ਇੱਕ ਵੱਡੀ ਐਗਜ਼ਾਮਪਲ ਜਿਹੜੀ ਹੈ ਕੇਂਦਰ ਸਰਕਾਰ ਮੋਦੀ ਸਰਕਾਰ ਜਦੋਂ ਉਹਨਾਂ ਨੇ ਕਿਸਾਨਾਂ ਦੇ ਤਿੰਨ ਬਿੱਲ ਬਣਾਤੇ ਕਿੰਨੇ ਵੱਡੇ ਪੱਧਰ ਤੇ ਵਿਰੋਧ ਹੋਇਆ ਮੈਨੂੰ ਲੱਗਦਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਹ ਜਿਹੜਾ ਅੰਦੋਲਨ ਮੰਨਿਆ ਜਾ ਸਕਦਾ ਉਸ ਨੂੰ ਪਰ ਉਹ ਸਰਕਾਰ ਇੱਕ ਤਰ੍ਹਾਂ ਦੀ ਜਿੱਦ ਤੇ ਅੜ ਗਈ ਕਿ ਅਸੀਂ ਉਹ ਡਿਸੀਜਨ ਵਾਪਸ ਲਵਾਂਗੇ ਸਾਡੀ ਬੇਇੱਜ਼ਤੀ ਹੋਵੇਗੀ ਉਹਨਾਂ ਨੇ ਬਹੁਤ ਔਕੇ ਹੋ ਕੇ ਜਦੋਂ ਨਾ ਜੀ ਬਹੁਤ ਔਕੇ ਹੋ ਕੇ ਉਹ ਫੈਸਲੇ ਵਾਪਸ ਲਏ ਪਰ ਕਾਲिज ਪੰਜਾਬ ਸਰਕਾਰ ਜਿਹੜੀ ਆ ਉਹ ਕੁਝ ਫੈਸਲੇ ਜਾਂ ਕੋਈ ਸਟੇਟਮੈਂਟ ਆ ਦਿੰਦੀ ਆ ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਇਸ ਤੋਂ ਖੁਸ਼ ਨਹੀਂ ਹਨ ਵਿਰੋਧ ਜ਼ਿਆਦਾ ਹੋ ਰਿਹਾ ਹੈ ਤਾਂ ਉਹ ਫਿਰ ਬਹੁਤਾ ਸੋਚੇ ਬਿਨਾ ਜਾਂ ਜ਼ਿਆਦਾ ਸਮਾਂ ਖਰਾਬ ਕੀਤੇ ਬਿਨਾ ਉਹ ਡਿਸੀਜਨ ਜਿਹੜੇ ਨੇ ਉਹ ਵਾਪਸ ਵੀ ਲੈ ਰਹੇ ਨੇ ਕਿਸੇ ਹੱਦ ਤੱਕ ਇਹ ਆ ਜਾ ਸਕਦਾ ਹੈ ਕਿ ਉਤਜ਼ਰਬਾ ਕਰਕੇ ਦੇਖ ਰਹੇ ਨੇ ਥੋੜਾ ਸਮਾਂ ਉਹਨਾਂ ਨੂੰ ਜ਼ਰੂਰ ਲੱਗੇਗਾ ਕੁਝ ਜਿਹੜਾ ਸਿੱਖਣ ਲਈ ਸਰਕਾਰ ਕਿਸ ਤਰ੍ਹਾਂ ਚਲਾਈ ਜਾਣੀ ਹੈ ਇਹਦੇ ਬਾਰੇ ਕੁਛ ਨਾ ਕੋਈ ਸਲਾਹ ਤੇ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਵੀ ਜ਼ਰੂਰ ਦਿੰਦੇ ਹੋਣਗੇ ਪਰ ਪੰਜਾਬ ਕਿਉਂਕਿ ਇੱਕ ਡਿਫਰੈਂਟ ਸਟੇਟ ਹੈ ਇੱਥੇ ਦੇ ਹਾਲਾਤ ਬਿਲਕੁਲ ਵੱਖਰੇ ਨੇ ਇਤਨੀਆ ਸਮੱਸਿਆਵਾਂ ਟੋਟਲੀ ਵੱਖਰੀਆਂ ਨੇ ਇੱਕ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਚਾਹੇ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਹੋਣ ਜਾਂ ਹੋਰ ਲੀਡਰ ਹੋਣ ਉਹ ਉਹਨਾਂ ਨੂੰ ਇਹ ਵੀ ਲੱਗ ਰਿਹਾ ਹੈ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਜ਼ਿਆਦਾ ਸਮਾਂ ਸਾਡੇ ਪਾਸ ਨਹੀਂ ਹੈ ਉਹਦੇ ਵਿੱਚੋਂ ਕੁਝ ਚੰਗਾ ਜਿਹੜੇ ਰਿਜ਼ਲਟ ਲੈਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਥੋੜੀ ਜਿਹੀ ਕਾਲੀ ਵੀ ਹੋ ਸਕਦੀ ਹੈ ਕਿ ਪੰਜਾਬ ਨੂੰ ਦੇ ਵਿੱਚ ਕਾਲੀ ਕਾਲੀ ਕੁਝ ਵਧੀਆ ਕਰਕੇ ਇਹਨੂੰ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਕੇ ਅਸੀਂ ਬਾਕੀ ਸੂਬਿਆਂ ਤੋਂ ਸਪੋਰਟ ਲੋਕਾਂ ਦੀ ਹਾਸਲ ਕਰ ਸਕੀਏ ਇਸ ਕਰਕੇ ਵੀ ਹੋ ਸਕਦਾ ਹੈ ਕਿ ਕੁਝ ਫੈਸਲੇ ਜਿਹੜੇ ਨੇ ਕਾਲੀ ਕਾਲੀ ਚ ਲਏ ਜਾ ਰਹੇ ਨੇ ਜਿਹੜੇ ਕਿ ਉਹਨਾਂ ਦਾ ਭਲਾ ਕਰਨ ਦੀ ਥਾਂ ਤੇ ਨੁਕਸਾਨ ਕਰ ਸਕਦੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਸਾਰੇ ਡਿਸੀਜਨ ਜਿਹੜੇ ਨੇ ਲੈਣੇ ਚਾਹੀਦੇ ਨੇ ਜੀ ਸ਼ਰਮਾ ਜੀ ਇਹਦੇ ਤੇ ਪੱਖ ਮੈਂ ਤੁਹਾਡਾ ਵੀ ਲੈਣਾ ਚਾਹੂੰਗੀ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਸ਼ਬਦ ਬਹੁਤੀ ਵਾਰੀ ਚਿੱਠਣੇ ਪੈ ਗਏ ਕੀ ਇਹਦੇ ਨਾਲ ਆਮ ਆਦਮੀ ਪਾਰਟੀ ਬੈਕਫੁੱਟ ਤੇ ਨਹੀਂ ਜਾ ਰਹੀ ਅ ਤੁਹਾਡੀ ਗੱਲ ਜੇਕਰ ਐਜ਼ ਇਟ ਇਜ਼ ਮੰਨ ਲਈ ਜਾਵੇ ਤੇ ਠੀਕ ਲੱਗਦੀ ਹੈ ਪਰ ਉਹਦੇ ਚ ਕਾਫੀ ਚੀਜ਼ਾਂ ਇੰਜ ਦੀਆਂ ਨੇ ਜੇਕਰ ਮੈਂ ਤੁਹਾਡੀ ਜਿਹੜੇ ਬਿਲਕੁਲ ਪਹਿਲੀ ਗੱਲ ਸੀਗੀ ਜਗਾੜੂ ਰੇੜੀਆਂ ਵਾਲੀ ਜੇਕਰ ਇਹਨੂੰ ਤਬਲੀਜ ਜੀ ਪਹਿਲੀ ਨਜ਼ਰੇ ਦੇਖਿਆ ਜਾਵੇ ਤਾਂ ਇਹ ਜਿਹੜੀ ਚੀਜ਼ ਆ ਜਿੰਨੇ ਵੀ ਇਹ ਜੁਗਾੜੂ ਰਹਿੜੀਆਂ ਨੇ ਇਹ ਗੈਰ ਕਾਨੂੰਨੀ ਨੇ ਤੇ ਜਦੋਂ ਸਰਕਾਰ ਬਣਦੀ ਆ ਜਾਂ ਕੋਈ ਵੀ ਲਾ ਐਂਡ ਆਰਡਰ ਦੀ ਬੋਡੀ ਇਹਨਾਂ ਚੀਜ਼ਾਂ ਨੂੰ ਦੇਖਦੀ ਆ ਤੇ ਸਾਨੂੰ ਲੱਗਦਾ ਯਾਰ ਇਹ ਨਹੀਂ ਹੋਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਇੱਕਦਮ ਫਿਰ ਜਦੋਂ ਤੁਸੀਂ ਉਹਨੂੰ ਲਾ ਐਂਡ ਆਰਡਰ ਤੇ ਨਜ਼ਰ ਤੋਂ ਦੇਖਦੇ ਤਾਂ ਇਹ ਕੋਈ ਨਹੀਂ ਹੋਣੀਆਂ ਚਾਹੀਦੀਆਂ ਜਾਂ ਬੰਦ ਹੋਣੀਆਂ ਚਾਹੀਦੀਆਂ ਨੇ ਜਦੋਂ ਇਹਨੂੰ ਫਿਰ ਸਮਾਜਿਕ ਤਾਣੇ ਬਾਣੇ ਤੋਂ ਜਾਂ ਮਨੁੱਖੀ ਨਜ਼ਰੀਏ ਤੋਂ ਦੇਖਦੇ ਆ ਤਾਂ ਫਿਰ ਇੰਜ ਲੱਗਦਾ ਕਿ ਇਹਨਾਂ ਬੰਦਿਆਂ ਦਾ ਜਿਹੜਾ ਆ ਰੋਟੀ ਫੁਲਕਾ ਜਾਂ ਰੋਟੀ ਦਾ ਜੁਗਾੜ ਜਿਹੜਾ ਆ ਜੀਵਨ ਨੂੰ ਅੱਗੇ ਚਲਾਉਣ ਦਾ ਜਿਹੜਾ ਕੰਮ ਆ ਉਹ ਉਹਨਾਂ ਦੇ ਉਸੇ ਹੀ ਇੱਕ ਛੋਟੇ ਜਿਹੇ ਰੇੜੇ ਨਾਲ ਚੱਲ ਰਿਹਾ ਜਿਹਨੂੰ ਕਿ ਉਹਨਾਂ ਨੇ ਕਿਸੇ ਮੋਟਰਸਾਈਕਲ ਨਾਲ ਜੋੜ ਕੇ ਜਗਾੜੂ ਰੇੜਾ ਬਣਾ ਲਿਆ ਕਿਉਂਕਿ ਸਸੇ ਆਮ ਤੌਰ ਤੇ ਪਿੰਡਾਂ 'ਚ ਦੇਖਦੇ ਆ ਕਿ ਜਿਹੜੇ ਪ੍ਰਵਾਸੀ ਮੀਦੂ ਗਰੇ ਆਏ ਹੋਏ ਨੇ ਉਹਨਾਂ ਨੇ ਇਹੋ ਜਿਹੇ ਰੇੜੇ ਬਣਾਏ ਨੇ ਤੇ ਉਹਦੇ ਤੇ ਜਾਓ ਸਬਜ਼ੀ ਵੇਚਣ ਜਾਂਦੇ ਨੇ ਫਰੂਟ ਵੇਚਣ ਜਾਂਦੇ ਨੇ ਜਾਂ ਇਹੋ ਜਿਹੇ ਕੁਝ ਹੋਰ ਕੰਮ ਕਰਦੇ ਨੇ ਫਿਰ ਇਹਨਾਂ ਦੋਨਾਂ ਨਜ਼ਰੀਆਂ ਨੂੰ ਜਦੋਂ ਤੱਕਦੇ ਆ ਤੇ ਫਿਰ ਉਹ ਜਿਹੜੀ ਗੱਲ ਆ ਉਹ ਲੈਂਡ ਆਂਡਰ ਦੀ ਗੱਲ ਜਿਹੜੀ ਥੋੜੀ ਜਿਹੀ ਛੋਟੀ ਲੱਗਦੀ ਆ ਤੇ ਜਿਹੜੀ ਮਾਨਵੀ ਨਜ਼ ਫਿਰ ਗੱਲ ਸੁਵਿੰਨਜੀ ਉੱਥੇ ਆ ਕਿ ਇਸ ਚੀਜ਼ ਲਈ ਵੀ ਦੋਸ਼ੀ ਤੇ ਉਹੀ ਲੋਕ ਨੇ ਉਹੀ ਲੋਕ ਸਰਕਾਰਾਂ ਨੇ ਜਿਨ੍ਹਾਂ ਦੇ ਸਮੇਂ 'ਚ ਇਹ ਸਾਰੇ ਜਿਹੜੇ ਚਲਨ ਬਣੇ ਤੇ ਅੱਜ ਉਹ ਲੱਖਾਂ ਦੀ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਰੇੜੀਆਂ ਚੱਲ ਰਹੀਆਂ ਨੇ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਬਾਕੀ ਤੁਸੀਂ ਮੁੱਦੇ ਗਣਾਈਏ ਜੇ ਮੈਂ ਉਹਨਾਂ ਦੀ ਦੌਰ ਨਾਮ ਹੀ ਪਾਵਾਂ ਤੇ ਉਹ ਸਾਰੀਆਂ ਚੀਜ਼ਾਂ ਲਈ ਜਿਹੜਾ ਬੀਤੇ ਹੋਇਆ ਸਮੇਂ ਦੇ ਨਾਲ ਕੀਤੇ ਹੋਏ ਸਾਡੇ ਫੈਸਲੇ ਨੇ ਉਹ ਜ਼ਿੰਮੇਵਾਰ ਨੇ ਪਰ ਬਿਲਕੁਲ ਮੈਂ ਰਣਜੀਤ ਭਾਜੀ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਰਕਾਰ ਦੇ ਵਿੱਚ ਤਜਰਬੇ ਦੀ ਜਿਹੜੀ ਕਮੀ ਆ ਉਹ ਜ਼ਰੂਰ ਨਜ਼ਰ ਆਉਂਦੀ ਆ ਪਰ ਨਾਲ ਦੀ ਨਾਲ ਇਹ ਮੈਂ ਗੱਲ ਪਹਿਲਾਂ ਵੀ ਇੱਕ ਦੋ ਵਾਰ ਕਹਿ ਚੁੱਕਿਆ ਕਿ ਸਰਕਾਰ ਦੇ ਸਾਹਮਣੇ ਸਰਕਾਰ ਦੇ ਮੂਹਰੇ ਜਿੰਨੇ ਕੁ ਬੰਦੇ ਦੇ ਸਿਰ ਤੇ ਵਾਲ ਹੁੰਦੇ ਨੇ ਉਸ ਤੋਂ ਵੀ ਵੱਧ ਸਮੱਸਿਆਵਾਂ ਜਿਹੜੀਆਂ ਨੇ ਉਹ ਮੂੰਹ ਅੱਡ ਕੇ ਖੜੀਆਂ ਨੇ ਤੇ ਇੱਕ ਸਿਆਸੀ ਧਿਰ ਹੋਣ ਦੇ ਨਾਤੇ ਉਹਨਾਂ ਦੇ ਕੋਲ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣਾ ਵੀ ਇੱਕ ਸਮੱਸਿਆ ਹੈ ਇਹਨਾਂ ਸਮੱਸਿਆਵਾਂ ਤੋਂ ਨਜਾਤ ਦਿਲਾ ਕੇ ਲੋਕਾਂ ਦੇ ਮਨ ਵਿੱਚ ਆਪਣੀ ਭਲ ਬਣਾਉਣੀ ਵੀ ਇੱਕ ਸਮੱਸਿਆ ਹੈ ਤੇ ਮੂਹਰੇ ਖੜੀਆਂ ਜਿਹੜੀਆਂ ਚੋਣਾਂ ਨੇ ਸਿੱਧੂ ਸਾਹਿਬ ਨੇ ਗੱਲ ਕੀਤੀ ਲੋਕ ਸਭਾ ਚੋਣਾਂ ਦੀ ਉਸ ਤੋਂ ਵੀ ਪਹਿਲਾਂ ਉਹਨਾਂ ਦਾ ਜ਼ੋਰ ਜਿਹੜਾ ਆ ਉਹ ਇਸੇ ਸਾਲ ਦੇ ਅਖੀਰ ਦੇ ਵਿੱਚ ਹਿਮਾਚਲ ਤੇ ਗੁਜਰਾਤ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਉਹਦੇ ਤੇ ਲੱਗਾ ਹੋਇਆ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਸਾਰੇ ਇਹਨਾਂ ਦੋਨਾਂ ਸਟੂਬਿਆਂ ਦੇ ਨਾਲ-ਨਾਲ ਪੂਰੇ ਭਾਰਤ ਵਿੱਚ ਵੱਖ-ਵੱਖ ਪਸ਼ਾਵਾਂ ਦੇ ਵਿੱਚ ਭਗਵੰਤ ਮਾਨ ਦੀ ਫੋਟੋ ਲਾ ਕੇ ਇਸ਼ਤਿਹਾਰ ਦੇ ਰਹੀ ਹੈ ਜਿੱਥੇ ਉਹ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਗਿਣਾ ਰਹੀ ਹੈ ਚਾਹੇ ਉਹ ਬਿਜਲੀ ਦੇ ਫਰੀ ਕਰਨ ਲਈ ਕਦੀ 1 ਕਿਲੋਵਾਟ ਦੀ ਗੱਲ ਹੋਵੇ ਕਦੀ ਜਨਰਲ ਕੈਟਾਗਰੀ ਨੂੰ ਚੋਂ ਬਾਹਰ ਕੱਢਣ ਦੀ ਗੱਲ ਹੋਵੇ ਕਦੀ ਉਹਦਾ ਦੂਸਰਾ ਪਹਿਲੂ ਹੋਵੇ ਕਦੀ ਉਹਦਾ ਤੀਸਰਾ ਪਹਿਲੂ ਹੋਵੇ ਤੇ ਬੇਸ਼ੱਕ ਤੁਸੀਂ ਜਿਹੜੀ ਇਹ ਜਗਾੜੂ ਰਿਹੜੀਆਂ ਦੀ ਗੱਲ ਕੀਤੀ ਜਾਂ ਵੱਖ-ਵੱਖ ਲੋਕਾਂ ਦੀਆਂ ਫੋਟੋਗ੍ਰਾਫ ਵਾਲੇ ਇਸ਼ਤਿਹਾਰ ਦੇਣ ਦੀ ਗੱਲ ਕੀਤੀ ਇਹਨਾਂ ਸਾਰਿਆਂ ਦੇ ਵਿੱਚ ਮੈਂ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਮੇਰੀ ਗੱਲ ਨਾਲ ਸਹਿਮਤ ਹੋਣਗੇ ਜਿਹੜੀ ਵੱਡੀ ਮੈਨੂੰ ਇਹਨਾਂ ਦੀ ਔਣਤਾ ਹੀ ਲੱਗੀ ਉਹ ਭਗਵੰਤ ਸਿੰਘ ਮਾਨ ਦੇ ਉਹ ਟਵੀਟ ਲੱਗੇ ਲੱਗੇ ਜਿਹੜੇ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਜਿਸ ਦਿਨ ਅਮਿਸ਼ਾ ਨੇ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਵੱਖਰੀ ਵਿਧਾਨ ਸਭਾ ਦੀ ਜਗ੍ਹਾ ਦੇਵਾਂਗੇ ਤੇ ਇਹਨਾਂ ਨੇ ਵੀ ਇੱਕ ਟਵੀਟ ਕਰਤਾ ਕਿ ਸਾਨੂੰ ਇੱਕ ਵੱਖਰੀ ਜਿਹੜੀ ਵਿਧਾਨ ਸਭਾ ਵਾਲੀ ਜਗ੍ਹਾ ਦੇ ਦਿਓ ਜਦ ਕਿ ਉਹ ਗੱਲ ਜਿਹੜੀ ਸੀ ਬਿਲਕੁਲ ਗੈਰ ਜ਼ਿੰਮੇਵਾਰਾ ਨ ਲੱਗਦੀ ਸੀ ਜੇ ਅਸੀਂ ਦੋ ਭਰਾਵਾਂ ਦੀ ਗੱਲ ਕਰੀਏ ਕਿ ਇੱਕ ਘਰ ਦੇ ਵਿੱਚ ਦੋ ਭਰਾ ਰਹਿ ਰਹੇ ਨੇ ਛੋਟੇ ਨੂੰ ਜੇ ਬਾਹਰ ਮਕਾਨ ਪਾ ਕੇ ਦੇਣਾ ਤੇ ਵੱਡੇ ਨੂੰ ਆਪਣੇ ਆਪ ਦੀ ਉਹ ਜਿਹੜਾ ਮਕਾਨ ਆ ਉਹ ਮਿਲ ਜਾਂਦਾ ਸੋ ਇਹਨਾਂ ਨੂੰ ਉਹ ਜਿਹੜਾ ਬਿਆਨ ਆ ਉਹ ਨਹੀਂ ਦੇਣਾ ਚਾਹੀਦਾ ਸੀ ਬਾਅਦ ਵਿੱਚ ਹਾਲਾਂਕਿ ਉਹਨਾਂ ਨੇ ਉਹਦੀ ਸਫਾਈ ਨਹੀਂ ਦਿੱਤੀ ਕਿਉਂਕਿ ਸਫਾਈ ਨਾ ਦੇਣ ਦੀ ਇੱਕ وجہ ਉਹਨਾਂ ਕੋਲ ਪੂਰਨ ਬਹੁਮਤ ਵੀ ਹੈ ਪਰ ਇਹ ਗੱਲ ਭਗਵੰਤ ਮਾਨ ਨੇ ਹੀ ਕੁਝ ਦਿਨ ਪਹਿਲਾਂ ਕਹੀ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਸਾਡਾ ਵਿਰੋਧ ਜਿਹੜਾ ਆ ਵਿਰੋਧੀ ਧਿਰ ਜਿਹੜੀ ਆ ਉਹ ਕੋਈ ਵੀ ਸਿਆਸੀ ਧਿਰ ਨਹੀਂ ਹੈ ਲੋਕ ਹੀ ਸਾਡੀ ਵਿਰੋਧੀ ਧਿਰ ਨੇ ਤੇ ਸ਼ਰਮਾ ਜੀ ਮੱਤੇਵਾੜਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਰੱਦ ਕਰ ਦਿੱਤਾ ਆ ਉਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਵਿਧਾਨ ਸਭਾ 'ਚ ਤੇ ਉੱਚੀਆਂ ਬਾਵਾਵਾਂ ਕਰਕੇ ਕਹਿੰਦੇ ਸੀ 957 ਏਕੜ ਜ਼ਮੀਨ ਅਸੀਂ ਹਾਇਰ ਕਰ ਲਈ ਐਕਵਾਇਰ ਕਰ ਲਈ ਐ ਤੇ ਜਿਹੜੀ ਰਹਿ ਗਈ ਉਹ ਵੀ ਕਰ ਲੈਣੀ ਆ ਤੁਸੀਂ ਥੋੜਾ ਜਿਹਾ ਜਲਦੀ 'ਚ ਸਵਾਲ ਪੁੱਛ ਲਿਆ ਮੈਂ ਇਹਨੂੰ ਬਿਲਕੁਲ ਐਜ਼ ਇਟ ਇਜ਼ ਕਹਿਣ ਲੱਗਾ ਸੀ ਕਿ ਦੋਨੋਂ ਇਹ ਜਿਹੜੀਆਂ ਗੱਲਾਂ ਨੇ ਜਿਨਾਂ ਤੋਂ ਉਹ ਵਾਪਸ ਆਏ ਇੱਕ ਤੇ ਉਹ ਜਿਹੜਾ ਟਵੀਟ ਉਹਨਾਂ ਨੇ ਹਾਈ ਕੋਰਟ ਨੂੰ ਮੰਗ ਕੇ ਕੀਤਾ ਤੇ ਵਿਧਾਨ ਸਭਾ ਨੂੰ ਮੰਗ ਕੇ ਕੀਤਾ ਤੇ ਨਾਲ ਦੀ ਨਾਲ ਹੀ ਜਿਹੜਾ ਮੱਤੇ ਵਾਲਾ ਪ੍ਰੋਜੈਕਟ ਸੀ ਕਿਉਂਕਿ ਉਹਦੇ ਖਿਲਾਫ ਭਗਵੰਤ ਸਿੰਘ ਮਾਨ ਆਪ ਤਖਤੀਆਂ ਲੈ ਕੇ ਬੈਠੇ ਰਹੇ ਪਰ ਸੁਬਲਿੰਦ ਜੀ ਗੱਲ ਇਹ ਆ ਕਿ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਰੌਲਾ ਪਾਉਣਾ ਤੇ ਕਿਸੇ ਚੀਜ਼ ਦੀ ਹੱਲ ਲੱਭਣਾ ਉਸ ਆਫਿਸ ਦੇ ਆਫੀਸ਼ੀਏਟਿੰਗ ਹੈੱਡ ਬਣ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਰਨਾ ਇਹ ਦੋ ਅਲੈਦਾ ਗੱਲਾਂ ਨੇ ਬੇਸ਼ੱਕ ਉਹਨਾਂ ਕੋਲ ਪਾਰਲੀਮੈਂਟ ਦੇ ਵਿੱਚ 7-8 10 ਸਾਲ ਦਾ 7-8 ਸਾਲ ਦਾ ਤਜਰਬਾ ਹੈ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੇ ਵਿੱਚ ਸਰਕਾਰ ਚਲਾਉਣ ਦਾ ਤਜਰਬਾ ਹੈ ਪਰ ਪੰਜਾਬ ਵਿੱਚ ਜਿੱਦਾਂ ਹੁਣੇ ਮੇਰੇ ਨਾਲ ਬੈਠੇ ਨੇ ਰਣਜੀਤ ਸਿੰਘ ਸਿੱਧੂ ਸਾਹਿਬ ਨੇ ਦੱਸਿਆ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਬਹੁਤ ਫਰਕ ਹੈ ਇੱਥੇ ਕੁਝ ਸਮੱਸਿਆਵਾਂ ਜ਼ਰੂਰ ਹਨ ਉਹਨਾਂ ਨੂੰ ਕਾਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹ ਜਿਹੜੇ ਸ਼ਬਦ ਨੇ ਵਾਰ-ਵਾਰ ਵਾਪਸ ਲੈਣੇ ਵਾਰ-ਵਾਰ ਇਹੋ ਜੀਆਂ ਗੱਲਾਂ ਕਰਨੀਆਂ ਹੋ ਸਕਦਾ ਹੈ ਉਹਨਾਂ ਦਾ ਟਵਿੱਟਰ ਹੈਂਡਲ ਉਹ ਆਪ ਨਾ ਚਲਾਉਂਦੇ ਹੋਣ ਕੋਈ ਹੋਰ ਚਲਾਉਂਦਾ ਹੋਵੇ ਪਰ ਤੇ ਵੀ ਹੋ ਸਕਦਾ ਕਿ ਨਿੱਜੀ ਤੌਰ ਤੇ ਨਵਾਂ ਨਵਾਂ ਵਿਆਹ ਹੋਇਆ ਥੋੜੇ ਜਿਹਾ ਬਿਜ਼ੀ ਵੀ ਹੋ ਸਕਦੇ ਨੇ ਉਹ ਪਰ ਇੱਥੇ ਜਿਹੜੀ ਕੁਝ ਊਨਤਾਈਆਂ ਜਿਹੜੀਆਂ ਉਹ ਨਜ਼ਰ ਜ਼ਰੂਰ ਆ ਰਹੀਆਂ ਨੇ ਪਰ ਤਿੰਨ ਚਾਰ ਮਹੀਨੇ ਦੇ ਵਿੱਚ ਸਰਕਾਰ ਦੀ ਨੀਅਤ ਦੇ ਉੱਤੇ ਜਾਂ ਨੀਤੀ ਦੇ ਉੱਤੇ ਕੋਈ ਬਹੁਤਾ ਸ਼ੱਕ ਜਿਹੜਾ ਹਾਲੇ ਤੱਕ ਉੱਪਰ ਕੇ ਸਾਹਮਣੇ ਆ ਨਹੀਂ ਰਿਹਾ ਜੀ ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਬਿਲਕੁਲ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ ਜਲਦ ਹਾਜ਼ਰ ਹੋਵਾਂਗੇ ਇੱਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਮੇ ਸਮੇ ਦੀ ਗੱਲ ਹੈ ਸਿਆਣੇ ਕਹਿੰਦੇ ਨੇ ਕਿ ਸਮਾਂ ਬੜਾ ਬਲਵਾਨ ਹੈ ਕਦੇ ਘਰ ਘਰ ਨਾਰਾ ਚੱਲਦਾ ਸੀ ਵੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕੀ ਨਹੀਂ ਕੀਤਾ ਚੰਨੀ ਸਾਹਿਬ ਨੇ ਕਿੰਨੇ ਭੰਗੜੇ ਪਾਏ ਬੱਕਰੀ ਵਿਚੋਈ ਤੇ ਰਾਤ ਨੂੰ ਖੰਬਿਆਂ ਥੱਲੇ ਬਹਿ ਕੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਤੇ ਅਗਲੇ ਦਿਨ ਫੋਟੋਆਂ ਵੀ ਅਖਬਾਰਾਂ ਤੇ ਛਪਾਈਆਂ ਸਿੱਧੂ ਸਾਹਿਬ ਅੱਜ ਖਬਰ ਆਈ ਹੈ ਕਿ ਜਦੋਂ ਚੰਨੀ ਸਰਕਾਰ ਜਿਹੜੀ ਸੱਤਾ 'ਚ ਸੀ ਤੇ ਉਦੋਂ ਵੀ ਇੱਕ ਕਪਲਾ ਹੋਇਆ ਜੀ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਸੀ ਖਿਡਾਰੀਆਂ ਨੂੰ ਪੈਸੇ ਖਾਤੇ ਚ ਪਾਏ ਗਏ ਸੀ 3-3000 ਤੇ ਫਿਰ ਅਗਲੇ ਦਿਨ ਵਾਪਸ ਖੋਲੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਹੈ ਕਿ ਚੰਨੀ ਸਰਕਾਰ ਨੂੰ ਭਾਵੇਂ ਸਮਾਂ ਜਿਹੜਾ ਬਹੁਤ ਥੋੜਾ ਮਿਲਿਆ ਸੀਗਾ ਪਰ ਆਪਣੀ ਜਿੰਨੀ ਕੁ ਲੋੜ ਮੁਤਾਬਕ ਬਦਨਾਮੀ ਉਹ ਮਿਲਦਾ ਖਟ ਗਏ ਨੇ ਤੇ ਜਿਹੜਾ ਇਹ ਨਵਾਂ ਘਟਾਲਾ ਜਿਹਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਇਹਦੇ ਦੱਸਿਆ ਗਿਆ ਹੈ ਕਿ ਪੈਸੇ ਪਹਿਲਾਂ ਖਾਤਿਆਂ ਚ ਪਾਏ ਗਏ ਤੇ ਅਗਲੇ ਦਿਨ ਹੀ ਉਹ ਵਾਪਸ ਕਢਾ ਲਿਆ ਗਏ ਹੁਣ ਇਹ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਵੈਸੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਜਿਹੜੇ ਸਾਡੇ ਲੀਡਰਸ ਨੇ ਭਾਵੇਂ ਕਿਸੇ ਵੀ ਪੋਲਿਟিক্যাল ਪਾਰਟੀ ਦੇ ਹੁਣ ਉਹਨਾਂ ਨੂੰ ਜਦੋਂ ਇਹੋ ਜਿਹੇ ਕੰਮ ਕਰਦੇ ਨੇ ਕਿ ਉਹ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਬਾਰੇ ਕਿਸੇ ਨੇ ਸ਼ਾਨ ਵੀ ਨਹੀਂ ਕਰਨੀ ਜਾਂ ਇਸ ਬਾਰੇ ਲੋਕਾਂ ਨੂੰ ਨਹੀਂ ਪਤਾ ਲੱਗੇਗਾ ਸੋ ਹੁਣ ਮੈਨੂੰ ਲੱਗਦਾ ਹੈ ਕਿ ਵਾਰੀ ਵਾਰੀ ਜਿਸ ਤਰ੍ਹਾਂ ਦੀਆਂ ਖਬਰਾਂ ਆ ਹੀ ਰਹੀਆਂ ਨੇ ਕਿ ਖਾਸ ਤੌਰ ਤੇ ਕਾਂਗਰਸ ਸਰਕਾਰ ਜਿਹੜੀ ਕਿ ਪਹਿਲਾਂ ਇਸ ਤੋਂ ਰੂਲ ਕਰ ਰਹੀ ਸੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹਦੇ ਵੱਡੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਮਨਿਸਟਰ ਸੀਗੇ ਜਾਂ ਐਮਐਲਏ ਸੀਗੇ ਉਹ ਵਾਰੀ ਵਾਰੀ ਰੋਜ਼ ਹੀ ਅਖਬਾਰਾਂ ਦੀਆਂ ਜਿਹੜੀਆਂ ਨੇ ਸੁਰਕੀਆਂ ਦੇ ਵਿਚਾਰ ਆ ਰਹੇ ਨੇ ਕਿ ਕੋਈ ਇੰਨੇ ਹਜ਼ਾਰ ਦਾ ਘੁਟਾਲਾ ਕਰ ਗਿਆ ਕੋਈ ਇੰਨੇ ਹਜ਼ਾਰ ਦਾ ਘੁਟਾਲਾ ਕਰ ਗਿਆ ਸੋ ਇੱਕ ਨਵਾਂ ਜਿਹੜਾ ਘੁਟਾਲਾ ਆਇਆ ਇਹਦੇ ਵਿੱਚ ਜਿਹੜੇ ਨਵੇਂ ਸਪੋਰਟਸ ਮਨਿਸਟਰ ਨੇ ਮੀਟ ਹੀਰ ਜੇਕਰ ਮੈਂ ਗਲਤ ਨਹੀਂ ਤਾਂ ਸ਼ਾਇਦ ਸਪੋਰਟਸ ਮਿਨਿਸਟਰੀ ਉਹਨਾਂ ਦੇ ਕੋਲ ਤੇ ਉਹਨਾਂ ਨੇ ਇਸ ਘੁਟਾਲੇ ਦੇ ਬਾਰੇ ਦੱਸਿਆ ਜੀ ਕਿ ਅ ਪਹਿਲਾ ਜਿਹੜੇ ਪੈਸੇ ਨੇ ਉਹ ਦਿੱਤੇ ਗਏ ਤੇ ਨਾਲ ਹੀ ਕਹਿ ਸਕਦੇ ਆ ਕਿ ਅਗਲੇ ਦਿਨ ਜਾਂ ਕੁਝ ਅਗਲੇ ਦਿਨਾਂ ਦੇ ਵਿੱਚ ਹੀ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਸੋ ਮੈਨੂੰ ਲੱਗਦਾ ਕਿ ਇਹ ਸਕੈਂਡਲ ਵੀ ਹੈ ਤੇ ਬੇਫਕੂਫੀ ਵਾਲਾ ਸਕੈਂਡਲ ਵੀ ਹੈ ਜਿਹਦੇ ਪ੍ਰੂਫ ਵੀ ਜਿਹੜੇ ਨੇ ਉਹ ਪੂਰੇ ਬਣਾਤੇ ਗਏ ਨੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਸ਼ਾਨਬੀਨ ਹੋਵੇਗੀ ਇਹਦੇ ਵਿੱਚ ਜਿਹੜੇ ਵੀ ਦੋਸ਼ੀ ਲੋਕ ਨੇ ਉਹ ਛੇਤੀ ਕਾਬੂ ਆਉਣਗੇ ਜੀ ਜੀ ਚੰਨੀ ਸਭ ਬੜੇ ਦਿਨਾਂ ਤੋਂ ਲੱਭਦੇ ਨਹੀਂ ਸੀ ਮੈਨੂੰ ਲੱਗਦਾ ਵੀ ਹੁਣ ਜੇ ਘਟਾਲਾ ਨਸ਼ਰ ਹੋ ਗਿਆ ਤੇ ਫਿਰ ਸ਼ਾਇਦ ਕਿਤੇ ਦਿਖਣੇ ਸ਼ੁਰੂ ਹੋ ਜਾਣ ਸ਼ਰਮਾ ਜੀ ਸਾਧੂ ਜਿਹੜੇ ਆ ਉਹ ਮੁਸ਼ਕਲਾਂ ਚੋਂ ਕੱਢਦੇ ਹੁੰਦੇ ਨੇ ਜੀ ਪਰ ਇੱਥੇ ਜਿਹੜਾ ਪੰਜਾਬ ਵਾਲਾ ਸਾਧੂ ਆ ਉਹ ਤੇ ਮੁਸ਼ਕਲਾਂ ਚ ਫਸੀ ਜਾਂਦਾ ਆ ਪਹਿਲਾਂ ਹੀ ਜੇਲ੍ਹ ਚ ਬੈਠਾ ਨਾਬੇ ਚ ਸਾਧੂ ਸਿੰਘ ਧਰਮਸੋਧੀ ਮੈਂ ਗੱਲ ਕਰਦੀ ਆ ਤੇ ਅੱਜ ਸੀਐਮ ਨੇ ਫਾਈਲ ਮੰਗਾ ਲਈ ਏ ਕਹਿੰਦੇ ਜਿਹੜਾ ਗਰੀਬ ਨਿਆਣਿਆਂ ਦੇ ਪੈਸੇ ਖਾ ਗਿਆ ਉਹ ਵੀ ਕਰੋ ਜਰਾ ਜਾਂਚ ਉਹਦੀ ਵੀ ਬਿਲਕੁਲ ਸੁਭਰੀਨ ਜੀ ਤੁਸੀਂ ਜਿਹਨਾਂ ਸਾਧੂਆਂ ਦੀ ਗੱਲ ਕਰਦੇ ਹੋ ਉਹ ਸਾਧੂ ਹੁੰਦੇ ਸੀ ਤੇ ਇਹ ਨਾਂ ਦੇ ਸਾਧੂ ਨੇ ਇਹ ਜਾਪ ਰਿਹਾ ਹੈ ਇਹਨਾਂ ਦੀਆਂ ਜਿਹੜੀਆਂ ਕੀਤੇ ਹੋਏ ਇਹਨਾਂ ਦੇ ਕੰਮ ਨੇ ਜੋ ਇਹ ਵਿਕਾਸ ਕਰਦੇ ਸੀ ਜੋ ਇਹ ਜੰਗਲ ਲਾਉਂਦੇ ਸੀ ਤੇ ਜੋ ਇਹ ਵਜੀਫੇ ਜਿਹੜੇ ਨੇ ਵਿਦਿਆਰਥੀਆਂ ਲਈ ਆਉਂਦੇ ਆ ਉਹਨਾਂ ਨੂੰ ਹজম ਕਰਦੇ ਸੀ ਇਹ ਇਹੋ ਜਿਹਾ ਲੱਗ ਰਿਹਾ ਹੈ ਹਾਲਾਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਜਾਂਚ ਦੇ ਅਧੀਨ ਨੇ ਤੇ ਸਾਡੇ ਮੁਲਕ ਦੀ ਨਿਆ ਪਰਨਾਲੀ ਦੇ ਅਧੀਨ ਇਹ ਵੀ ਹੋ ਸਕਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਲਾਂ ਬੱਧੀ ਨਿਆ ਦੇ ਅਧੀਨ ਹੀ ਜਾਂ ਜਾਂਚ ਦੇ ਅਧੀਨ ਹੀ ਰਹਿਣ ਤੇ ਸਿੱਟੇ ਤੱਕ ਕਦੇ ਪਹੁੰਚਣ ਹੀ ਨਾ ਪਰ ਬਿਲਕੁਲ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੱਕ ਵਾਰ ਸ਼ੁਰੂਆਤੀ ਦੌਰ 'ਚ ਦੇਖਦੇ ਆ ਬਿਲਕੁਲ ਹੀ ਕੋਈ ਅਲੋਕਾਰੀ ਗੱਲ ਹੋ ਜਾਏ ਕਿ ਕਾਗਜ਼ ਤੇ ਲਿਖਿਆ ਹੀ ਝੂਠ ਹੋ ਜਾਏ ਤੇ ਹੋ ਸਕਦਾ ਹੈ ਜਾਂ ਨਾ ਹੋਵੇ ਪਰ ਥੋੜਾ ਬਹੁਤਾ ਫਰਕ ਤੇ ਹੋ ਸਕਦਾ ਜਿਵੇਂ ਹੁਣੇ ਸਿੱਧੂ ਸਾਹਿਬ ਕਹਿ ਰਹੇ ਸੀ ਕਿ ਇਹ ਕਪੜੇ ਘੱਟ ਲੱਗਦੇ ਤੇ ਬੇਵਕੂਫੀਆਂ ਜ਼ਿਆਦਾ ਲੱਗਦੀਆਂ ਨੇ ਇੱਕ ਵਾਰ ਤੇ ਨਜ਼ਰ ਇਹੀ ਆਉਂਦਾ ਹੈ ਕਿ ਜੋ ਕੁਝ ਲੋਕ ਕਰ ਰਹੇ ਸੀ ਉਹ ਜਿਹੜਾ ਆ ਉਹ ਬਿਲਕੁਲ ਨਿਹਰੀਆਂ ਹੀ ਬੇਵਕੂਫੀਆਂ ਸੀ ਬੇਸ਼ੱਕ ਉਹਨਾਂ ਨੂੰ ਅਸੀਂ ਨਾਮ ਅੱਜਕੱਲ ਕਪੜਿਆਂ ਦਾ ਦਿੰਨੇ ਆ ਇਹੀ ਵਜ੍ਹਾ ਇੱਕ ਇਹ ਵੀ ਆ ਸਿੱਧੂ ਸਾਹਿਬ ਕੇ ਜਦੋਂ ਇਹ ਲੋਕ ਸੱਤਾ 'ਚ ਹੁੰਦੇ ਨੇ ਸਾਰਾ ਕੁਝ ਇਹਨਾਂ ਦੇ ਬਸ 'ਚ ਹੁੰਦਾ ਤੇ ਇਹਨਾਂ ਨੂੰ ਇਦਾਂ ਲੱਗਦਾ ਕਿ ਇਹੀ ਜਿਹੜੀ ਰਾਤ ਆ ਉਹ ਇਦਾਂ ਹੀ ਰਹਿਣੀ ਆ ਤੇ ਸਾਡੇ ਕਹਿਣ ਨਾਲ ਹੀ ਦਿਨ ਚੜਨਾ ਉਦੋਂ ਤੇ ਸਾਰਾ ਕੁਝ ਹੋਣਾ ਹੀ ਬਦਲਣਾ ਹੀ ਕੁਝ ਨਹੀਂ ਬੜੀਆਂ ਅਹਿਮ ਕਾਨਾਂ ਜਿਹੜੀਆਂ ਹਰਕਤਾਂ ਕੀਤੀਆਂ ਹੋਈਆਂ ਨੇ ਇਸੇ ਕਰਕੇ ਪਿਛਲੇ ਕੁਝ ਦਿਨਾਂ ਤੋਂ ਜਾਂ ਪਿਛਲੇ ਕੁਝ ਸਾਲਾਂ ਤੋਂ ਇਹ ਸਿਆਸੀ ਧਿਰਾਂ ਚਰਚਾ 'ਚ ਨੇ ਕਿਉਂਕਿ ਜਦੋਂ ਅਸੀਂ ਸਕੂਲ ਕਾਲਜ ਪੜ੍ਹਦੇ ਸੀ ਤੇ ਅਸੀਂ ਗੱਲ ਸੁਣਦੇ ਸੀ ਕਿ ਅਤਵਾਦ ਦੇ ਦੌਰਾਨ ਪੰਜਾਬ ਦੇ ਸਿਰ ਕੁਝ ਕਰਜ਼ਾ ਹੋ ਗਿਆ 5000 ਕਰੋੜ ਦੀ ਗੱਲ ਸੀ 8500 ਕਰੋੜ ਦੀ ਗੱਲ ਹੋਈ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਬਣੀ ਉਸ ਕਰਜ਼ੇ ਮਾਫੀਆਂ ਦੀਆਂ ਗੱਲਾਂ ਬੜੀਆਂ ਸੁਣੀਆਂ ਬਾਦਲ ਸਾਹਿਬ ਦੀ ਸਿਫਤਾਂ ਸੁਣਦੇ ਸੁਣਦੇ ਸੀ ਕਿ ਗੁਜਰਾਲ ਸਾਹਿਬ ਨੇ ਪੰਜਾਬ ਦਾ ਕਰਜ਼ਾ ਮਾਫ ਕਰ ਦਿੱਤਾ ਤੇ ਉਹ ਜਿਹੜੀਆਂ ਟਕੀ ਰਿਜਦੀ ਸੀ ਉਹ ਪਤਾ ਉਦੋਂ ਲੱਗਿਆ ਜਦੋਂ ਹੁਣ ਇਹਨਾਂ ਨੇ ਵਾਈਟ ਪੇਪਰ ਜਾਰੀ ਕੀਤਾ ਕਿ ਸਾਡੇ ਸਿਰ ਤੇ ਜਿਹੜਾ ਕਰਜ਼ਾ ਆ ਉਹ 268000 ਕਰੋੜ ਦੇ ਕਰੀਬ ਕਰੀਬ ਸਿੱਧਾ ਕਰਜ਼ਾ ਤੇ ਕਾਰਪੋਰੇਸ਼ਨਾਂ ਦੀਆਂ ਦੇਣਦਾਰੀਆਂ ਪਾ ਕੇ ਉਹ 3 ਲੱਖ ਕਰੋੜ ਤੋਂ ਵੀ ਵੱਧ ਹੈ ਤੇ ਇਹ ਵੀ ਦੱਸਿਆ ਜਾਂਦਾ ਕਿ ਜੇ ਇਹ ਸਾਲ 2 ਸਾਲ ਇਦਾਂ ਹੀ ਚੱਲਦਾ ਰਵੇ ਤੇ 24 ਤੋਂ ਬਾਅਦ ਜਦੋਂ ਸਰਕਾਰ ਬਦਲੇਗੀ ਤੇ ਇਹ ਜਿਹੜਾ ਕਰਜ਼ਾ ਆ ਉਹ 4 ਲੱਖ ਕਰੋੜ ਨੂੰ ਪਹੁੰਚ ਜਾਏਗਾ ਆਰਬੀਆਈ ਨੇ ਦਸਾਂ 10 ਸਟੇਟਾਂ ਦੀ ਜਿਹੜੀ ਜਾਣਕਾਰੀ ਦਿੱਤੀ ਆ ਕਿ ਜਿਹੜੀਆਂ ਸਟੇਟਾਂ ਦੇ ਹਾਲਾਤ ਜਿਹੜੇ ਨੇ ਉਹ ਸ਼੍ਰੀਲੰਕਾ ਵਰਗੇ ਨੇ ਪੰਜਾਬ ਪੰਜਾਬ ਉਹਨਾਂ ਦੇ ਵਿੱਚ ਸ਼ਾਮਲ ਹੈ ਜਿਸ ਸੂਬੇ ਦੀ ਜਦੋਂ ਅਸੀਂ ਗੱਲ ਕਰਦੇ ਸੀ ਕਿ ਇਕਨੋਮੀ ਵੀ ਬੜੀ ਸ਼ਾਨਦਾਰ ਹੈ ਐਗਰੀਕਲਚਰ ਜਿਹੜੀ ਇੱਥੋਂ ਦੀ ਬੜੀ ਸ਼ਾਨਦਾਰ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਬੜੀ ਵਧੀਆ ਸੀ ਪਰ ਕੈਪੀਟਲ ਇਨਕਮ ਦੇ ਰੂਪ ਦੇ ਵਿੱਚ ਕਦੇ ਇਹ ਪਹਿਲੇ ਨੰਬਰ ਤੇ ਹੁੰਦਾ ਸੀ ਅੱਜ ਅਸੀਂ ਇਹਨੂੰ 11ਵੇਂ ਸਪਾਏਦਾਨ ਤੇ 11ਵੇਂ ਸਟੈਪ ਤੇ ਦੇਖਦੇ ਹਾਂ ਤੇ ਫਿਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਬਦ ਇੰਤਜ਼ਾਮੀਆਂ ਤੇ ਬੇਈਮਾਨੀਆਂ ਨਾਲ ਹੀ ਜਾਂ ਫਿਰ ਤੁਸੀਂ ਬਦ ਨੀਤੀਆਂ ਨਾਲ ਹੀ ਹੋਇਆ ਤੇ ਜਿਹੜੀਆਂ ਕਿ ਸਾਰਿਆਂ ਨੇ ਰਲ ਮਿਲ ਕੇ ਕੀਤੀਆਂ ਉਹਦੇ ਵਿੱਚ ਸਿਆਸਤਦਾਨ ਵੀ ਸ਼ਾਮਲ ਨੇ ਅਫਸਰ ਸ਼ਾਹੀ ਵੀ ਸਾਮ ਸ਼ਾਮਲ ਹੈ ਤੇ ਬਹੁਤੇ ਕਰਕੇ ਆਮ ਲੋਕ ਵੀ ਸ਼ਾਮਲ ਨੇ ਤੁਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਆ ਆਟਾ ਦਾਲ ਵਰਗੀ ਸਕੀਮ ਦੀ ਜ਼ਿਕਰ ਕਰਦੇ ਆਂ ਤੇ ਤੁਸੀਂ ਕਿਸੇ ਵੀ ਪਿੰਡ ਨੂੰ ਫੜ ਕੇ ਦੇਖ ਲਓ ਉੱਥੇ 2 4 5 10% ਲੋਕ ਹੀ ਹਨ ਜਿਹੜੇ ਕਿ ਇਹਦੇ ਲਈ ਲੋੜਵੰਦ ਹਨ ਤੇ ਲੈਣ ਵਾਲੇ ਲੋਕ ਜਿਹੜੇ ਨੇ ਉਹ ਲੱਖਾਂ ਦੀ ਗਿਣਤੀ ਵਿੱਚ ਹਨ ਪ੍ਰਧਾਨ ਮੰਤਰੀ ਸਾਹਿਬ ਦੇਸ਼ ਨੂੰ ਵੱਡਾ ਬਣਾਉਣ ਦੀ ਗੱਲ ਕਰਦੇ ਨੇ ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ 60 ਕਰੋੜ ਲੋਕਾਂ ਨੂੰ ਅਸੀਂ ਕੋਵਿਡ ਦੇ ਦੌਰਾਨ ਫ੍ਰੀ ਭੋਜਨ ਵੀ ਦਿੱਤਾ ਇਟ ਮੀਨਸ ਇੰਨੀ ਵੱਡੀ ਜਨਸੰਖਿਆ ਸਾਡੀ ਜਿਹੜੀ ਆ ਉਹ ਗਰੀਬ ਹੈ ਨਹੀਂ ਉਹ ਗਰੀਬ ਨਹੀਂ ਹੈਗੀ ਇੱਥੇ ਸਾਰਾ ਕੁਝ ਜਿਹੜਾ ਆ ਉਹ ਵੋਟਾਂ ਦੀ ਬਿਨਸਬਤ ਹੀ ਕੀਤਾ ਜਾਂਦਾ ਜੇਕਰ ਭਾਸ਼ਣ ਥੋੜਾ ਲੰਮਾ ਹੋ ਗਿਆ ਅਸੀਂ ਗੱਲ ਤੁਹਾਡੇ ਸਾਧੂ ਸਿੰਘ ਧਰਮਸੋਧ ਦੀ ਕਰੀਏ ਤੇ ਉਹ ਜੰਗਲਾਤ ਮੰਤਰੀ ਦੇ ਤੌਰ ਤੇ ਚਰਚਾ ਚ ਆਏ ਸੀ ਕਿ ਜੰਗਲਾ ਉਸ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਉਹਨਾਂ ਦੇ ਜਿਹੜੇ ਉਸ ਤੋਂ ਉਹਨਾਂ ਤੋਂ ਬਾਅਦ ਇਹ ਜਿਨ੍ਹਾਂ ਦੀ ਜਿਨ੍ਹਾਂ ਕੋਲੇ ਮਹਿਕਮਾ ਆਇਆ ਸੰਗਤ ਸਿੰਘ ਗਿਲ ਜੀਆ ਉਹ ਵੀ ਦੌੜ ਭੱਜੇ ਫਿਰਦੇ ਨੇ ਕਦੇ ਐਫਆਈਆਰ ਖਾਰਜ ਕਰਨ ਦੀ ਡਿਮਾਂਡ ਕਰਦੇ ਨੇ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਨੇ ਵੱਡੇ ਵੱਡੇ ਵਕੀਲ ਕਰਦੇ ਨੇ ਤੇ ਕਦੇ ਹੁਣ ਉਹ ਆਪਣੀ ਇਨ ਟਰਮ ਬੇਲ ਦੀਆਂ ਬਲੈਂਕਟ ਬੇਲ ਜਿਹੜਾ ਉਹ ਕੰਬਲ ਵਾਲੀ ਬੇਲ ਕਹਿੰਦੇ ਉਹਨੂੰ ਉਹ ਮੰਗਦੇ ਨੇ ਕਿ ਮੈਨੂੰ ਪਹਿਲਾਂ ਹੀ ਦੇ ਦਿਓ ਪਰ ਜਾਂਚ ਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਜੀ ਤੇ ਇਸੇ ਤਰੀਕੇ ਦੇ ਨਾਲ ਸਾਧੂ ਸਿੰਘ ਧਰਮਸੋਤ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਹਾਇਰ ਐਜੂਕੇਸ਼ਨ ਜਾਂ ਟੈਕਨੀਕਲ ਐਜੂਕੇਸ਼ਨ ਦੇ ਵਜ਼ੀਰ ਸਨ ਤੇ ਉਦੋਂ ਬੜਾ ਰੋਲਾ ਪਿਆ ਸੀਗਾ ਕਿ ਕੇਂਦਰ ਸਰਕਾਰ ਤੋਂ ਜਿਹੜੀ ਅਮਾਉਂਟ ਵਿਦਿਆਰਥੀਆਂ ਦੇ ਵਜੀਫੇ ਲਿਆਉਂਦੀ ਆ ਉਹਦੇ ਵਿੱਚ ਵੀ ਕਪੜਾ ਹੋਇਆ ਸੀ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ ਤੇ ਉਹ ਰਾਜਾ ਸ਼ਾਹੀ ਦੇ ਤਰੀਕੇ ਜ्यादा ਚੰਗੇ ਲੱਗਦੇ ਸੀ ਉਹਨਾਂ ਨੂੰ ਉਹਨਾਂ ਨੇ ਬਿਨਾਂ ਕਿਸੇ ਜਾਂਚ ਤੋਂ ਦੂਜੇ ਤੀਜੇ ਦਿਨ ਹੀ ਕਲੀਨ ਚਿੱਟ ਦੇ ਦਿੱਤੀ ਸੀ ਕਿਉਂਕਿ ਅਫਸਰ ਜਿਹੜੇ ਰਾਜੇ ਨੇ ਉਹਨਾਂ ਨੇ ਕਲੀਨ ਚਿੱਟਾਂ ਆਪਣੀ ਕਲੀਨ ਜੇਬ ਦੇ ਵਿੱਚ ਪਹਿਲਾਂ ਰੱਖੀਆਂ ਹੁੰਦੀਆਂ ਆਪਣੇ ਮੰਤਰੀਆਂ ਸੰਤਰੀਆਂ ਨੂੰ ਦੇਣ ਲਈ ਚਰਚਾ ਉਹਦੀ ਉਦੋਂ ਵੀ ਬਹੁਤ ਹੋਈ ਸੀ ਤੇ ਜਦੋਂ ਇਹ ਜੰਗਲਾਤ ਦੇ ਕੇਸਾਂ ਵਿੱਚ ਫਸੇ ਚਰਚਾ ਉਦੋਂ ਵੀ ਹੋਈ ਸੀ ਕਿ ਇਹ ਤੇ ਕਿਸੇ ਹੋਰ ਪਾਸੇ ਫੜੇ ਜਾਣੇ ਚਾਹੀਦੇ ਸਨ ਤੇ ਫੜੇ ਕਿਸੇ ਹੋਰ ਪਾਸੇ ਗਏ ਪਰ ਸੁਵਲੇਨ ਜੀ ਗੱਲ ਇਹ ਆ ਕਿ 117 ਐਮਐਲਏ ਸਾਡੀ ਵਿਧਾਨ ਸਭਾ ਦੇ ਨੇ 15% ਉਹਦੇ ਜਿਹੜੇ ਨੇ ਉਹ ਵਜ਼ੀਰ ਬਣਦੇ ਨੇ 15 ਉਹ ਤੇ ਦੋ ਉਹ 16-17 ਮੈਂਬਰਾਂ ਦੀ ਕੈਬਨਿਟ ਬਣਦੀ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਬੇਈਮਾਨ ਨੇ ਪਰ ਇੱਥੇ ਸਿਸਟਮ ਇੱਕ ਕਰਪਸ਼ਨ ਦਾ ਐਸਾ ਸੋਨਾ ਡਿਵੈਲਪ ਹੋ ਚੁੱਕਿਆ ਹੈ ਪਤਾ ਹੀ ਨਹੀਂ ਲੱਗਦਾ ਕਿ ਪੈਸੇ ਕਦੋਂ ਕਿਹਨੂੰ ਕਿੱਥੋਂ ਤੇ ਕਿਵੇਂ ਆ ਜਾਂਦੇ ਨੇ ਤੇ ਮਾਇਆ ਜਿਹੜੀ ਆ ਉਹ ਬੁਰੀ ਕਿਸੇ ਨੂੰ ਨਹੀਂ ਲੱਗਦੀ ਫਿਰ ਅਖਬਾਰ 'ਚ ਹੀ ਪਤਾ ਲੱਗਦਾ ਵੀ ਸਾਧੂ ਇੱਕ ਬੂਟੇ ਦਾ 500 ਲੈਂਦਾ ਹੈ ਜੀ ਪੜਾਉਣ ਦਾ ਹੂੰ ਤੇ ਇਹ ਤੇ ਅਸੀਂ ਕਹਿੰਨੇ ਆ ਕਿ ਇਹਨਾਂ ਨੂੰ ਮਿਲਦਾ ਸੀ ਜਿਹੜੇ ਅਫਸਰ ਸੀ ਉਹਨਾਂ ਨੂੰ ਕਿੰਨੇ ਮਿਲਦੇ ਸੀ ਤੇ ਨਾਲ ਦੀ ਨਾਲ ਇੱਕ ਖੂਬਸੂਰਤ ਗੱਲ ਇਹ ਵੀ ਆ ਕਿ ਬੂਟੇ ਕਿਹੜਾ ਬੋਲ ਕੇ ਦੱਸਣਗੇ ਕਿ ਕਿੰਨੇ ਵੱਡੇ ਗਏ ਤੇ ਕਿੰਨੇ ਨਹੀਂ ਜਿਹੜੀ ਮਾਰਕਿੰਗ ਕਰਨ ਜਾਂਦੇ ਨੇ ਉਹਨਾਂ ਬੂਟਿਆਂ ਦੇ ਨਿਸ਼ਾਨ ਜਿਹੜੇ ਲਾਉਂਦੇ ਨੇ ਉਹ ਕੀ ਪਤਾ ਤਿੰਨਾਂ ਪਿਛੇ ਇੱਕ ਦੇ ਲਾਉਂਦੇ ਸੀ ਕਿ ਪੰਜਾਂ ਪਿਛੇ ਇੱਕ ਦੇ ਲਾਉਂਦੇ ਸੀ ਤਾਂ ਹੀ ਤੇ ਅਸੀਂ ਕਹਿੰਨੇ ਆ ਕਿ ਸਾਡੇ ਜੰਗਲ ਜਿਹੜੇ ਨੇ ਜੰਗਲਾਂ ਦਾ ਰਕਬਾ ਜਿਹੜਾ ਆ ਉਹ 3% ਰਹਿ ਗਿਆ ਤੇ ਪੂਰੇ ਮੁਲਕ ਦਾ ਕੁਝ ਹੋ ਰਿਹਾ ਤੇ ਪੂਰੀ ਦੁਨੀਆ ਦਾ ਕੁਝ ਹੋਰ ਹੈ ਵਾਤਾਵਰਣ ਦੇ ਵਿੱਚ ਫਿਰ ਮੀਂਹ ਵੀ ਅਸੀਂ ਇਸੇ ਕਰਕੇ ਉਡੀਕਦੇ ਆ ਤੇ ਹੁਣ ਇਸ ਸਰਕਾਰ ਦੇ ਉੱਤੇ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਜੀ ਕਿ ਉਹ ਇਹਨਾਂ ਪਿਛਲੇ 117 ਐਮਐਲਏਾਂ ਦਾ ਪਿਛਲੇ 5 ਸਾਲ ਦਾ ਰਿਕਾਰਡ ਖੰਗਾਲ ਲੈਣਗੇ ਜੀ ਕੀ ਉਹ ਵਿਜੀਲੈਂਸ ਬਿਊਰੋ ਨੂੰ ਇੰਨਾ ਵੱਡਾ ਇੰਨਾ ਤਾਕਤਵਰ ਬਣਾਉਣਗੇ ਇੰਨੇ ਵੱਡੇ ਪੱਧਰ ਤੇ ਅਫਸਰ ਕਿੱਥੋਂ ਲੈ ਕੇ ਆਉਣਗੇ ਜਿਹੜੇ ਜਾਂਚ ਇਹ ਸਾਰੀਆਂ ਜਿਹੜੀਆਂ ਜਾਂਚਾਂ ਉਹਨਾਂ ਨੂੰ ਕਿਸੇ ਸਿੱਟੇ ਤੱਕ ਲੈ ਕੇ ਜਾਣਗੇ ਮੈਨੂੰ ਇਦਾਂ ਵੀ ਲੱਗਦਾ ਸ਼ਰਮਾ ਜੀ ਕਿ ਸੁਵਲਿੰਨ ਜੀ ਕਿ ਕੁਝ ਸਮੇਂ ਬਾਅਦ ਜਿਹੜੇ ਪਿਛਲੇ 117 ਜਿਹੜੇ ਐਮਐਲਏ ਰਹੇ ਨੇ ਭਾਵੇਂ ਉਹ ਕਾਂਗਰਸ ਦੇ ਰਹੇ ਨੇ ਉਸ ਤੋਂ ਪਹਿਲਾਂ ਕਾਲੀਆਂ ਦੇ ਰਹੇ ਨੇ ਜਿਹੜੇ ਜਿਹੜੇ ਵੱਜ ਜਾਣਗੇ ਜੀ ਕਿਸੇ ਨਾ ਕਿਸੇ ਸਕੈਂਡਲ ਤੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਵੀ ਜ਼ਰੂਰ ਬੰਦਾ ਕਿ ਉਹ ਬਚ ਗਏ ਨੇ ਬਿਲਕੁਲ ਹੁਣੇ ਇਕੇ ਦੁੱਕੇ ਨੇ ਉਹ ਥੋੜੀ ਰਹਿ ਜਣੇ ਕਿਉਂਕਿ ਸਨਮਾਨ ਕੀਤਾ ਜਾ ਸਕਦਾ ਇਹ ਲੋਕਾਂ ਦਾ ਜੀ ਸਿੱਧੂ ਸਾਹਿਬ ਗੱਲ ਕਰਦੇ ਆ ਏਜੀ ਅਨਮੋਲ ਰਤਨ ਸਿੱਧੂ ਦੀ ਲਾਰੈਂਸ ਬਿਸ਼ਨੋਈ ਦੇ ਕੇਸ ਤੋਂ ਸੁਪਰੀਮ ਕੋਰਟ ਚ ਜਾਂਦੇ ਨੇ ਤੇ ਜਦੋਂ ਵਾਪਸ ਆਉਂਦੇ ਨੇ ਤੇ ਰੇਲ ਗੱਡੀ ਤੇ ਉਹਨਾਂ ਤੇ ਹਮਲਾ ਹੋ ਜਾਂਦਾ ਇਸ ਹਮਲੇ ਦੀ ਕੜੀ ਕਿੱਧਰ ਨੂੰ ਜੁੜਦੀ ਹੈ ਜੀ ਇਹ ਜਿਹੜਾ ਹਮਲਾ ਹੈ ਜੀ ਵੈਸੇ ਕਾਫੀ ਚਿੰਤਾ ਵਾਲਾ ਵਿਸ਼ਾ ਹੈ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਕਿਉਂਕਿ ਪੁਲਿਸ ਇਸ ਦੀ ਜਾਂਚ ਸ਼ਾਨਬੀਨ ਕਰ ਰਹੀ ਹੈ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਵੈਸੇ ਤੇ ਕਲੀਅਰ ਕਰੇਗੀ ਕਿ ਇਹ ਕੀ ਹੋਇਆ ਕਿ ਸਚਮੋਚ ਉਹਨਾਂ ਤੇ ਪੱਥਰ ਮਾਰਿਆ ਗਿਆ ਜਾਂ ਕੋਈ ਹੋਰ ਚੀਜ਼ ਮਾਰੀ ਗਈ ਹੈ ਜਾਂ ਵੈਸੇ ਹੀ ਕੁਝ ਨੌਜਵਾਨਾਂ ਵੱਲੋਂ ਅਣਜਾਣੇ ਦੇ ਵਿੱਚ ਇਹ ਅਟੈਕ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਹੁਣ ਤੱਕ ਮਿਲ ਰਹੀਆਂ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜੋ ਕੁਝ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ ਹੈ ਜਿਸ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਹਾਂ ਕਿ ਗੈਂਗਸਟਰਜ਼ ਬਾਰੇ ਰੋਜ਼ ਨਵੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਪੜ੍ਹਨ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਉਹ ਹਰ ਇੱਕ ਨੂੰ ਹੈਰਾਨੀ ਦੇ ਵਿੱਚ ਪਾ ਰਹੀਆਂ ਨੇ ਕਿ ਕਿਸ ਪੱਧਰ ਤੱਕ ਜਿਹੜਾ ਹੈ ਉਹ ਗੈਂਗਸਟਰ ਦਾ ਜਿਹੜਾ ਲੈਵਲ ਸਿਗਾ ਉਹ ਵੱਧ ਚੁੱਕਾ ਸੀ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇੰਡੀਆ ਵਿੱਚ ਕੀ ਇੰਡੀਆ ਤੋਂ ਬਾਹਰ ਵੀ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਫੈਲੀਆਂ ਹੋਈਆਂ ਨੇ ਜੀ ਸਰਮਨਜੀਤ ਜੀ ਇਸ ਤੇ ਮੈਂ ਤੁਹਾਡਾ ਵੀ ਪੱਖ ਜਾਨਣਾ ਚਾਹੂੰਗੀ ਕਿ ਇਹ ਹਮਲਾ ਕਿਧਰ ਨੂੰ ਇਸ਼ਾਰਾ ਕਰ ਰਿਹਾ ਕਿਉਂਕਿ ਵਿਰੋਧੀ ਕਹਿੰਦੇ ਨੇ ਕਿ ਅਮਨ ਅਮਾਨ ਦੀ ਸਥਿਤੀ ਵਿਗੜ ਰਹੀ ਹੈ ਸੁਵਲਿੰ ਜੇਕਰ ਸ਼ਤਾਬਦੀ ਐਕਸਪ੍ਰੈਸ ਦੀ ਗੱਲ ਕਰੀਏ ਤੇ ਉਹਦੇ ਤੇ ਪਹਿਲਾਂ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਹੁੰਦੀਆਂ ਰਹੀਆਂ ਪਹਿਲਾਂ ਵੀ ਉਹਦੇ ਤੇ ਪੱਥਰਬਾਜ਼ੀ ਜਾਂ ਕਈ ਵਾਰ ਚ ਤੇ ਮੇਰੇ ਨਿੱਜੀ ਅਨੁਭਵ ਵੀ ਇੱਕ ਦੋ ਵਾਰ ਇਹ ਰਹੇ ਨੇ ਕਿ ਜੇ ਤੁਸੀਂ ਇਹੋ ਜੀਆਂ ਜਗ੍ਹਾ ਤੋਂ ਸਫ਼ਰ ਕਰਦੇ ਆਂ ਤੇ ਕਈ ਵਾਰ ਲੋਕਲ ਸ਼ਰਾਰਤੀ ਤੱਤ ਵੀ ਇਹੋ ਜੀਆਂ ਗੱਲਾਂ ਕਰਦੇ ਰਹਿੰਦੇ ਨੇ ਪਰ ਮੈਂ ਇਸ ਹਮਲੇ ਨੂੰ ਬਿਲਕੁਲ ਸ਼ਰਾਰਤ ਨਾਲ ਨਹੀਂ ਦੇਖ ਰਿਹਾ ਕਿਉਂਕਿ ਇਹ ਸਿਰਫ ਔਰ ਸਿਰਫ ਕੋਇਨਸੀਡੈਂਟ ਨਹੀਂ ਹੋ ਸਕਦਾ ਕਿ ਸ਼ਤਾਬਦੀ ਵਰਗੀ ਟ੍ਰੇਨ ਉਹਦੇ ਵਿੱਚ ਉਸ ਖਾਸ ਬੋਗੀ ਦੇ ਉੱਤੇ ਹੀ ਹਮਲਾ ਹੋਇਆ ਨਾ ਸਿਰਫ ਉਸ ਖਾਸ ਬੋਗੀ ਬਿਲਕੁਲ ਉਸ ਸੀਟ ਤੇ ਹੀ ਪੱਥਰ ਜਿਹੜਾ ਜਾਂ ਜੋ ਵੀ ਉਹ ਚੀਜ਼ ਮਾਰੀ ਗਈ ਆ ਉਹ ਵਜੀ ਆ ਇਹਨੂੰ ਤੁਸੀਂ ਜੇਕਰ ਦੂਸਰੇ ਤਰੀਕੇ ਨਾਲ ਦੇਖੀਏ ਤੇ ਅਸੀਂ ਜਦੋਂ ਕੋਈ ਕੇਸ ਅਦਾਲਤ ਚ ਧਾਇਰ ਕਰਦੇ ਆ ਤੇ ਜਿਹੜੀ ਸ਼ਿਕਾਇਤ ਕਰਤਾ ਧਿਰ ਆ ਉਹਨੂੰ ਹਰ ਤਰੀਕ ਤੇ ਜਾਣਾ ਪੈਂਦਾ ਦੂਸਰੀ ਜਿਹੜੀ ਧਿਰ ਆ ਉਹਨੂੰ ਸਮਨਿੰਗ ਜਿਹੜੀ ਆ ਕਈ ਵਾਰ ਬਾਅਦ ਵਿੱਚ ਵੀ ਹੁੰਦੀ ਆ ਤੇ ਉਹ ਬਾਅਦ ਵਿੱਚ ਵੀ ਬਹੁਤ ਵਾਰ ਇਸ ਚੀਜ਼ ਤੋਂ ਬਚੇ ਰਹਿੰਦੇ ਨੇ ਹੁਣ ਮਸਲਾ ਇਹ ਆ ਕਿ ਜਦੋਂ ਤੇ ਗੈਂਗਸਟਰ ਪੰਜਾਬ ਵਿੱਚ ਆਉਂਦੇ ਨੇ ਦਿੱਲੀ ਤੋਂ ਤੇ ਉਹਨਾਂ ਲਈ ਬਖਤਰਬੰਦ ਗੱਡੀਆਂ ਤੇ ਜਿਹੜੀਆਂ ਬੁਲੇਟ ਪ੍ਰੂਫ ਗੱਡੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਉਹਨੂੰ ਮਾਨਸੇ ਤੋਂ ਅੰਮ੍ਰਿਤਸਰ ਲੈ ਕੇ ਜਾਣਾ ਹੈ ਅੰਮ੍ਰਿਤਸਰੋਂ ਮੁਕਸਰ ਲੈ ਕੇ ਜਾਣਾ ਜਾਂ ਮੁਕਸਰੋਂ ਉਹਨੂੰ ਜਲੰਧਰ ਲੈ ਕੇ ਜਾਣਾ ਜਾਂ ਹੁਸ਼ਿਆਰਪੁਰ ਲੈ ਕੇ ਜਾਣਾ ਜਿੱਥੇ ਵੀ ਜਾਣਾ ਤੇ ਉਹ ਫਲੀਟ ਦੇ ਰੂਪ ਦੇ ਵਿੱਚ ਚੱਲਦੇ ਨੇ ਪੰਜਾਬ ਦੇ ਕੁਝ ਮੰਤਰੀ ਕੁਝ ਆਫੀਸਰ ਤੇ ਵੱਡੇ ਜਿਹੜੇ ਸਿਆਸਤ ਨੂੰ ਦੇਖਣ ਵਾਲੇ ਸਾਡੇ ਤੁਹਾਡੇ ਵਰਗੇ ਲੋਕ ਆ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਇਦਾਂ ਤੇ ਘੱਟ ਤੋਂ ਘੱਟ ਇਹਨਾਂ ਗੈਂਗਸਟਰਜ਼ ਨੂੰ ਗਲੋਰੀਫਾਈ ਕਰ ਰਹੇ ਹੋ ਅਸੀਂ ਜੰਗਲ ਰਾਜ ਦੀ ਗੱਲ ਨਹੀਂ ਕਰਦੇ ਕਿ ਜਿਹੜਾ ਵੀ ਬੰਦਾ ਗੁਨਾਹਗਾਰ ਹੈ ਉਹਨੂੰ ਗੋਲੀ ਮਾਰ ਦਿਓ ਜਾਂ ਤੁਸੀਂ ਇਹਦਾ ਕੋਈ ਮੁਕਾਬਲਾ ਹੀ ਬਣਾ ਦਿਓ ਪਰ ਫੇਰ ਵੀ ਇਹਨਾਂ ਚੀਜ਼ਾਂ ਨੂੰ ਜੇਕਰ ਲੁਕੋ ਕੇ ਕੀਤਾ ਜਾਵੇ ਪ੍ਰੈਸ ਤੋਂ ਇਹਨਾਂ ਚੀਜ਼ਾਂ ਨੂੰ ਦੂਰ ਰੱਖ ਲਿਆ ਜਾਵੇ ਤੇ ਇਹ ਚੀਜ਼ਾਂ ਜਿਹੜੀਆਂ ਉਹ ਸੰਭਵ ਨਹੀਂ ਤੇ ਦੂਸਰੇ ਪਾਸੇ ਜਿਹੜੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਏਜੀ ਵਰਗੇ ਲੋਕ ਐਡਵੋਕੇਟ ਜਨਰਲ ਜਿਹੜਾ ਕਿ ਇੱਕ ਬਹੁਤ ਵੱਡਾ ਅਹੁਦਾ ਹੈ ਕੈਬਨਿਟ ਵਰਗਾ ਰੈਂਕ ਹੈ ਤੇ ਉਹ ਲੋਕ ਸਟੇਟ ਲਈ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਹਿਫਾਜ਼ਤ ਜਿਹੜੀ ਆ ਉਹ ਕਰਨੀ ਵੀ ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਹਾਲਾਂਕਿ ਉਹਦੇ ਤੇ ਉਹਨਾਂ ਨੇ ਜਿਹੜੀ ਸ਼ਿਕਾਇਤ ਆ ਉਹ ਪੰਜਾਬ ਦੇ ਪੁਲਿਸ ਮੁਖੀ ਨੂੰ ਦਿੱਤੀ ਆ ਐਫ ਆਈ ਆਰ ਵੀ ਦਰਜ ਹੋ ਗਈ ਆ ਜਾਂਚ ਵੀ ਹੋਵੇਗੀ ਪਰ ਫੇਰ ਵੀ ਜਿੱਦਾਂ ਸਿੱਧੂ ਸਾਹਿਬ ਨੇ ਦੱਸਿਆ ਕਿ ਮਸਲਾ ਜਿਹੜਾ ਹੈ ਬਹੁਤ ਗੰਭੀਰ ਹੈ ਤੇ ਬਹੁਤ ਹੀ ਚਿੰਤਾ ਵਾਲਾ ਹੈ ਇਹਨੂੰ ਹਲਕੇ ਰੂਪ ਦੇ ਰੂਪ ਦੇ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਤੇ ਸਰਕਾਰ ਜਿਸ ਬਦਲਾਵ ਦੀ ਗੱਲ ਕਰਦੀ ਆ ਉਸ ਬਦਲਾਵ ਦੇ ਵਿੱਚ ਇਹ ਵੀ ਇੱਕ ਵੱਡਾ ਬਦਲਾਵ ਹੋਣਾ ਚਾਹੀਦਾ ਹੈ ਕਿ ਕਿਸ ਚੀਜ਼ ਨੂੰ ਸਿਕਿਉਰਿਟੀ ਦੇਣੀ ਆ ਕਿਸ ਚੀਜ਼ ਨੂੰ ਖਬਰ ਬਣਾਉਣਾ ਹੈ ਤੇ ਕਿਸ ਚੀਜ਼ ਨੂੰ ਉਹਲੇ ਕਰਕੇ ਰੱਖਣਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈ ਸਾਰੀ ਜਾਂਚ ਬਾਰੋ-ਬਾਰ ਕਰਕੇ ਚੁੱਪਚਾਪ ਕੀਤੀ ਜਾਂਦੀ ਹੈ ਤੇ ਪਤਾ ਵੀ ਨਹੀਂ ਲੱਗਦਾ ਕਿ ਕਿੱਥੇ ਕਦੋਂ ਕਿਹਦੀ ਅਸੈਸੀਨੇਸ਼ਨ ਕਰ ਦਿੱਤੀ ਗਈ ਕਿ ਇਹਨੂੰ ਅਮਰ ਕੈਦ ਕਰ ਦਿੱਤੀ ਗਈ ਇੱਥੇ ਤੇ ਕੈਮਰੇ ਜੇਲ੍ਹਾਂ ਦੇ ਵਿੱਚ ਲੱਗੇ ਹੋਏ ਨੇ ਬਾਹਰ ਵੀ ਲੱਗੇ ਹੋਏ ਨੇ ਤੇ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਜੇਲ੍ਹਾਂ 'ਚ ਪਹੁੰਚਦੀਆਂ ਨੇ ਮੋਬਾਈਲ ਫੋਨ ਹਲੇ ਵੀ ਅੰਦਰ ਚੱਲਦੇ ਨੇ ਤੇ ਬਾਹਰ ਵਾਲੇ ਜਿਹੜੇ ਲੋਕ ਐ ਉਹਨਾਂ ਤੇ ਪੱਥਰ ਵੱਜਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਕਰਨ ਵਾਲੀਆਂ ਨੇ ਇਹ ਸ਼ਰਮਾ ਜੀ ਨੇ ਬਿਲਕੁਲ ਸਵਲੀਨ ਠੀਕ ਗੱਲ ਕਹੀ ਹੈ ਕਿ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਨੂੰ ਸੰਸਨੀਖੇਜ ਪਾਣਾ ਕਿ ਮੀਡੀਆ ਦੇ ਵਿੱਚ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ ਸੋ ਗਏ ਸੀਕ੍ਰੀਟ ਤਰੀਕੇ ਨਾਲ ਭਾਵੇਂ ਜਿਹੜੇ ਗਵਾਹ ਵੀ ਆਉਂਦੇ ਨੇ ਜਿਹੜੇ ਵੀ ਗਵਾਹੀ ਦਿੰਦੇ ਨੇ ਜਾਂ ਜਿਹੜੇ ਵਕੀਲ ਇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਇਹ ਮਸਲਾ ਬੜਾ ਸੀਰੀਅਸ ਹੈ ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਉਹਨਾਂ ਨੂੰ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਇਨਵੈਸਟੀਗੇਸ਼ਨ ਦੇ ਵਿੱਚ ਭਾਵੇਂ ਉਹ ਕੁਝ ਪੁਲਿਸ ਅਫਸਰ ਹੋ ਸਕਦੇ ਨੇ ਕੁਝ ਵਕੀਲ ਹੋ ਸਕਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਆ ਜਾਂ ਗਵਾਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਆ ਜਿਹੜਾ ਜੀ ਕਾਫੀ ਜਿਹੜਾ ਕੰਮ ਹੈ ਉਹ ਮੈਨੂੰ ਲੱਗਦਾ ਕਿ ਸੀਕ੍ਰੀਟ ਪੱਧਰ ਤੇ ਹੋਣਾ ਚਾਹੀਦਾ ਹੈ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਜਿਹੜਾ ਆਮ ਜਿਹੜੇ ਲੋਕ ਨੇ ਜਾਂ ਜਿਹੜੇ ਵੱਡੇ ਕੁਝ ਅਫਸਰ ਨੇ ਜਾਂ ਜਿਹੜੇ ਵਕੀਲ ਨੇ ਉਹਨਾਂ ਦੀ ਜਾਨ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਖਤਰੇ 'ਚ ਪਾਈਏ ਸੋ ਇਸ ਮਸਲੇ ਦੇ ਉੱਤੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਤੇ ਅਦਾਲਤਾਂ ਨੂੰ ਜ਼ਰੂਰ ਥੋੜਾ ਸੋਚਣਾ ਚਾਹੀਦਾ ਹੈ ਜੀ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਣ ਦਾ ਵੇਲਾ ਹੋ ਗਿਆ ਸਿੱਧੂ ਸਾਹਿਬ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਚ ਆਏ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ ਸ਼ੁਕਰੀਆ ਜੀ ਅਗਲੀ ਵਾਰ ਨਵੇਂ ਮੁੱਦਿਆਂ ਦੇ ਨਾਲ ਅਸੀਂ ਫਿਰ ਹਾਜ਼ਰੀ ਭਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ